ਲਓ ਜੀ, ਬੈਠਿਆਂ ਅਤੇ ਖੜਿਆਂ ਨੂੰ, ਅਨਪੜ੍ਹਾਂ ਅਤੇ ਪੜ੍ਹਿਆਂ ਨੂੰ, ਵਿਆਹਿਆਂ ਅਤੇ ਛੜਿਆਂ ਨੂੰ, ਚਾਚੀਆਂ ਅਤੇ ਤਾਈਆਂ ਨੂੰ, ਭੈਣਾਂ ਅਤੇ ਭਾਈਆਂ ਨੂੰ, ਬੰਟੀਆਂ ਅਤੇ ਸ਼ੰਟੀਆਂ ਨੂੰ, ਅੰਕਲਾਂ ਅਤੇ ਆਂਟੀਆਂ ਨੂੰ, ਇਮਾਨਦਾਰਾਂ ਅਤੇ ਰਿਸ਼ਵਤਖੋਰਾਂ ਨੂੰ, ਪੁਲਸੀਆਂ ਅਤੇ ਚੋਰਾਂ ਨੂੰ, ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਨੂੰ, ਰੇਹੜੀ ਵਾਲਿਆਂ ਅਤੇ ਦੁਕਾਨਦਾਰਾਂ ਨੂੰ, ਮੁੰਡਿਆਂ ਅਤੇ ਕੁੜੀਆਂ ਨੂੰ, ਬਜ਼ੁਰਗਾਂ ਅਤੇ ਬੁੜੀਆਂ ਨੂੰ, ਹਰੇਕ ਪਾਰਟੀ ਦੇ ਸਪੋਟਰਾਂ ਨੂੰ, ਉਮੀਦਵਾਰਾਂ ਅਤੇ ਵੋਟਰਾਂ ਨੂੰ, ਨੂੰਹਾਂ ਅਤੇ ਸੱਸਾਂ ਨੂੰ, ਵਿਚਾਰੀਆਂ ਰੋਡਵੇਜ ਦੀਆਂ ਬੱਸਾਂ ਨੂੰ, ਮਰੀਜ਼ਾਂ ਅਤੇ ਡਾਕਟਰਾਂ ਨੂੰ, ਟੈਂਕੀਆਂ 'ਤੇ ਚੜ੍ਹੇ ਮਾਸਟਰਾਂ ਨੂੰ, ਸਵਿੱਚ ਆਫ ਜਾਂ ਔਨ ਮੋਬਾਈਲ ਫੋਨਾਂ ਨੂੰ, ਉਹਨਾਂ 'ਤੇ ਲੱਗੀਆਂ ਸਾਰੀਆਂ ਰਿੰਗਟੋਨਾਂ ਨੂੰ, ਟੋਲ ਟੈਕਸ ਵਾਲੀਆਂ ਸੜਕਾਂ ਨੂੰ, ਗੀਤਾਂ 'ਚ ਜੱਟਾਂ ਦੀਆਂ ਵੜਕਾਂ ਨੂੰ, ਲੰਬੇ ਲੰਬੇ ਬਿਜਲੀ ਦੇ ਕੱਟਾਂ ਨੂੰ, ਧਰਨਿਆਂ 'ਤੇ ਬੈਠੇ ਜੱਟਾਂ ਨੂੰ, ਸਭ ਦੇ ਸਹੁਰਿਆਂ 'ਤੇ ਪੇਕਿਆਂ ਨੂੰ, ਪੈਰ ਪੈਰ 'ਤੇ ਖੁੱਲ੍ਹੇ ਠੇਕਿਆਂ ਨੂੰ, ਸੋਫੀਆਂ 'ਤੇ ਸ਼ਰਾਬੀਆਂ ਨੂੰ, ਮੁੱਕਦੀ ਗੱਲ ਹੈ ਜੀ, ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ, ਖੁੱਲ੍ਹ ਕੇ ਹਸਾਉਣ ਲਈ, ਢਿੱਡੀ ਪੀੜਾਂ ਪਾਉਣ ਲਈ, ਟੈਨਸ਼ਨਾਂ ਭਜਾਉਣ ਲਈ ਅਤੇ ਸੱਚੀਆਂ ਸੁਣਾਉਣ ਲਈ ਲੈ ਕੇ ਤੁਹਾਡੇ ਇੰਟਰਟੇਨਮੈਂਟ ਦਾ ਸਾਰਾ ਸਮਾਨ ਇੱਕ ਵਾਰੀ ਫੇਰ ਹਾਜ਼ਰ ਹੈ ਤੁਹਾਡਾ ਆਪਣਾ ਭਗਵੰਤ ਮਾਨ। ਉਹ ਹੈ ਵਪਾਰੀ ਸੱਚ ਦਾ, ਉਹ ਤੋਂ ਨੀ ਕੋਈ ਬਚਦਾ, ਉਹ ਤੀਰ ਮਾਰਦਾ ਕੱਸ ਕੇ ਤੇ ਲੋਕੀ ਸੁਣਦੇ ਹੱਸ ਕੇ, ਬੋਲਣ ਦਾ ਵੱਖ ਸਟਾਈਲ ਤੇ ਡਿੰਪਲ ਵਾਲੀ ਸਮਾਈਲ, ਸਭਨਾ ਦੇ ਮਨ ਨੂੰ ਭਾ ਗਿਆ, ਲੋ ਜੁਗ ਨੂੰ ਸਾਡਾ ਆ ਗਿਆ, ਕਹਿਣ ਸਿਆਣੇ ਹੱਸਣ ਉਹ ਚੰਗੇ ਜੀ ਦੇ ਕਰਮ, ਉਹ ਕੁਲਫੀ ਕੁਲਫੀ ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ, ਆ ਕੁਲਫੀ ਗਰਮਾ ਗਰਮ। ਓਏ ਗੱਲ ਸੁਣ ਜੁਗਨੂੰ, ਤੇਰਾ ਕੀ ਖਿਆਲ ਹੈ, ਤੇਰੀ ਗਰਮ ਕੁਲਫੀ ਦੁਬਾਰੇ ਚੱਲ ਪਊਗੀ? ਓ ਚੱਲੂ ਕਿਵੇਂ ਨੀ, ਜਿੱਥੇ ਵਿਧਾਨ ਸਭਾ 'ਚ ਮਾਵਾਂ ਭੈਣਾਂ ਦੀਆਂ ਗਾਲਾਂ ਚੱਲ ਸਕਦੀਆਂ ਨੇ, ਜਿੱਥੇ ਸਿੰਗਰਾਂ ਦੀਆਂ ਸਟੇਜਾਂ 'ਤੇ ਪੁੱਠੀਆਂ ਸਿੱਧੀਆਂ ਛਾਲਾਂ ਚੱਲ ਸਕਦੀਆਂ ਨੇ, ਜਿੱਥੇ ਗੰਦੇ ਮੰਦੇ ਗਾਣੇ ਚੱਲੀ ਜਾਂਦੇ ਨੇ, ਜਿੱਥੇ ਥਾਣੇਦਾਰਾਂ ਤੋਂ ਬਿਨਾਂ ਥਾਣੇ ਚੱਲੀ ਜਾਂਦੇ ਨੇ, ਜਿੱਥੇ ਸਵਾਰੀਆਂ ਤੋਂ ਬਿਨਾਂ ਰੋਡਵੇਜ ਦੀ ਲਾਰੀ ਚੱਲੀ ਜਾਂਦੀ ਹੈ, ਜਿੱਥੇ ਪਿਛਲੇ 20 ਸਾਲ ਤੋਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਤਿਆਰੀ ਚੱਲੀ ਜਾਂਦੀ ਹੈ, ਜਿੱਥੇ ਹਰ ਇੱਕ ਚੀਜ਼ ਦੇ ਨਿੱਤ ਨਵੇਂ ਭਾਅ ਚੱਲੀ ਜਾਂਦੇ ਨੇ, ਉਹ ਜਿੱਥੇ ਇੰਨੀ ਮਹਿੰਗਾਈ ਦੇ ਵਿੱਚ ਵੀ ਗਰੀਬਾਂ ਦੇ ਸਾਹ ਚੱਲੀ ਜਾਂਦੇ ਨੇ, ਫਿਰ ਉੱਥੇ ਕਾਹਦੀ ਸ਼ਰਮ। ਜ਼ੋਰ ਦੀ ਬੋਲਾ, ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ। ਓਏ ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਤੇਰੀਆਂ ਹਾ ਗੱਲਾਂ ਸੁਣ ਕੇ ਤੇਰਾ ਕੀ ਖਿਆਲ ਹੈ ਵੀ ਤੇਰੀ ਕੁਲਫੀ ਵਿਕ ਜੂ? ਉਹ ਵਿਕੂ ਕਿਵੇਂ ਨੀ, ਜਿੱਥੇ ਲੀਡਰ ਆਪਣੀਆਂ ਜ਼ਮੀਰਾਂ ਵੇਚ ਸਕਦੇ ਨੇ, ਭੋਲੇ ਭਾਲੇ ਲੋਕਾਂ ਦੀਆਂ ਤਕਦੀਰਾਂ ਵੇਚ ਸਕਦੇ ਨੇ, ਜਿੱਥੇ ਅਮੀਰਾਂ ਦੀ ਜੇਬ 'ਚ ਗਰੀਬਾਂ ਦਾ ਆਟਾ ਪੈ ਜਾਂਦਾ, ਉਹ ਜਿੱਥੇ ਗੁਰਦੁਆਰਿਆਂ ਨੂੰ ਵੀ ਘਾਟਾ ਪੈ ਜਾਂਦਾ, ਜਿੱਥੇ ਕ੍ਰਿਕਟ ਖਿਡਾਰੀ ਚੌਕੇ ਛੱਕੇ ਅਤੇ ਕੈਚ ਵੇਚੀ ਜਾਂਦੇ ਨੇ, ਜਿੱਥੇ ਕ੍ਰਿਕਟ ਟੀਮਾਂ ਦੇ ਮਾਲਕ ਵੱਡੇ ਵੱਡੇ ਮੈਚ ਵੇਚੀ ਜਾਂਦੇ ਨੇ, ਜਿੱਥੇ ਰੱਬ ਦੇ ਨਾਂ 'ਤੇ ਲੋਕ ਪੱਥਰ ਦੇ ਬੁੱਤ ਵੇਚੀ ਜਾਂਦੇ ਨੇ, ਅਤੇ ਆ ਦਾਜ ਦੇ ਲਾਲਚੀ ਆਪਣੇ ਸਕੇ ਪੁੱਤ ਵੇਚੀ ਜਾਂਦੇ ਨੇ, ਫਿਰ ਉੱਥੇ ਕਾਹਦੀ ਸ਼ਰਮ। ਜ਼ੋਰ ਦੀ ਬੋਲਾ, ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ। ਉਹ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ, ਪਰ ਕੁਲਫੀ ਗਰਮ ਨਹੀਂ ਹੁੰਦੀ, ਚੱਲ ਜੇ ਹੋ ਵੀ ਜਾਵੇ ਤੇ ਆਪਣੀ ਕੁਲਫੀ ਨੂੰ ਲੋਕ ਪਸੰਦ ਕਰ ਲੈਣਗੇ। ਉਹ ਪਸੰਦ ਕਿਉਂ ਨਹੀਂ ਕਰਨਗੇ, ਉਹ ਜਿੱਥੇ ਅਨਪੜ੍ਹ ਬਾਬਿਆਂ ਨੂੰ ਮੱਥਾ ਟੇਕਣ ਵਾਸਤੇ ਲੈਣਾ ਲੱਗ ਜਾਂਦੀਆਂ ਨੇ, ਆ ਕੋਈ ਮੱਝ 7 ਲੱਤਾਂ ਵਾਲਾ ਕੱਟਾ ਜੰਮਦੇ ਉਹਨੂੰ ਦੇਖਣ ਵਾਸਤੇ ਲੈਣਾ ਲੱਗ ਜਾਂਦੀਆਂ ਨੇ, ਉਹ ਜਿਹੜੇ ਸੱਭਿਆਚਾਰ ਦੀ ਕਰਦੇ ਨੇ ਮਿੱਟੀ ਪਲੀਤ, ਲੋਕ ਉਹਨਾਂ ਨੂੰ ਸੁਣੀ ਜਾਂਦੇ ਨੇ, ਆ ਯਾ ਯਾ ਯੇ ਯੋ ਹੋਰਾਂ ਦੇ ਗੀਤ, ਲੋਕ ਉਹਨਾਂ ਨੂੰ ਸੁਣੀ ਜਾਂਦੇ ਨੇ, ਉਹ ਇੱਕ ਮਦਾਰੀ ਬਾਂਦਰੀ ਦਾ ਡਾਂਸ ਦਿਖਾ ਕੇ 500 ਬੰਦੇ ਨੂੰ ਖੜਾ ਲੈਂਦਾ, ਉਹ ਜਿੱਥੇ ਰਾਮਦੇਵ ਬਾਬਾ ਤੜਕੀ ਤੜਕੀ ਪਾਉਣੇ ਇੰਡੀਆ ਦਾ ਸਾਹ ਤਹਾਂ ਨੂੰ ਚੜਾ ਲੈਂਦਾ, ਫਿਰ ਉੱਥੇ ਕਾਹਦੀ ਸ਼ਰਮ। ਆ ਜ਼ੋਰ ਦੀ ਬੋਲ, ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ, ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ। ਉਹ ਜੁਗਨੂੰ ਯਾਰ, ਤੇਰੇ ਯਾਰ ਦਾ ਕੀ ਹਾਲ ਹੈ? ਕਿਹੜੇ ਦਾ? ਟੋਨੀ ਸਿੰਘ। ਟੋਨੀ ਸਿੰਘ, ਬਾਈ ਗੋਡ ਦੀ ਕਸਮ, ਬਾਈ ਗੋਡ ਦੀ ਕਸਮ, ਉਹ ਤਾਂ ਬੜਾ ਰੰਗੀਲਾ ਬੰਦਾ, ਉਹਦੀਆਂ ਗੱਲਾਂ ਤਾਂ ਸੁਣਨ ਵਾਲੀਆਂ ਹੁੰਦੀਆਂ ਨੇ। ਤੇ ਸੁਣਾ ਫੇ ਯਾਰ। ਲੈ ਸੁਣ ਲੈ ਵੀਰ ਜੀ, ਮੈਨੂੰ ਸਮਝ ਨਹੀਂ ਆਉਂਦੀ ਆ ਪਿੰਡਾਂ ਵਾਲੇ ਮੁੰਡੇ, ਖਾਸ ਤੌਰ 'ਤੇ ਮਲਵਾਈ ਮੁੰਡੇ, ਇਹਨਾਂ ਦਾ ਜ਼ਿੰਦਗੀ ਵਿੱਚ ਕੰਬੀਨੇਸ਼ਨ ਕੀ ਆ, ਮੈਨੂੰ ਕਦੇ ਜ਼ਿੰਦਗੀ 'ਚ ਸਮਝ ਨਹੀਂ ਆਇਆ, ਬਾਈ ਗੋਡ ਦੀ ਕਸਮ ਯਾਰ।
ਆ ਸਵੇਰੇ ਸਵੇਰੇ ਜਿਮ ਜਾਂਦੇ ਨੇ, ਸ਼ਾਮ ਨੂੰ ਠੇਕੇ ਤੇ ਬੈਠੇ ਹੁੰਦੇ ਨੇ, ਕੱਦੀ ਕੱਦੀ ਤੇ ਅਰਲੀ ਮਾਰਨਿੰਗ ਲੱਸੀ ਨਾਲ ਵੀ ਪੈਗ ਲਗਾ ਲੈਂਦੇ ਨੇ। ਬਾਈ ਗੋਡ ਦੀ ਕਸਮ, ਇੱਕ ਗੱਲ ਦੀ ਮੈਨੂੰ ਹੋਰ ਸਮਝ ਨਹੀਂ ਆਈ ਇਹਨਾਂ ਮੁੰਡਿਆਂ ਦੀਆਂ ਪਿੰਡਾਂ ਵਾਲਿਆਂ ਦੀ। ਕਿਹੜੀ ਗੱਲ ਦੀ? ਹਰ ਚੀਜ਼ ਮੁਫਤ ਪਾਲਦੇ ਨੇ, ਲੜਾਈ ਮੁੱਲ ਲੈਂਦੇ ਨੇ, ਇਹ ਬੰਦਿਆਂ ਵਾਲੀ ਗੱਲ ਥੋੜ੍ਹੀ ਹੈ। ਬਾਈ ਗੋਡ ਦੀ ਕਸਮ, ਇਹ ਸਾਡੇ ਘਰਾਂ ਵਿੱਚ ਕਿਰਾਏ 'ਤੇ ਕਮਰਾ ਲੈਂਦੇ ਨੇ। ਠੀਕ ਹੈ। ਸਾਨੂੰ ਕਹਿੰਦੇ ਨੇ ਅਸੀਂ IAS ਕਰ ਰਹੇ ਹਾਂ, ਕਿਰਾਏ 'ਤੇ ਕਮਰਾ ਚਾਹੀਦਾ। ਅੱਛਾ। ਅਸੀਂ ਵੀਰ ਜੀ ਥੋੜ੍ਹਾ ਜਿਹਾ ਬਿਜ਼ਨਸ ਮਾਈਂਡਡ ਕਮਿਊਨਿਟੀ ਹੈਗੇ ਹਾਂ, ਥੋੜ੍ਹਾ ਦੂਰ ਦੀ ਸੋਚ ਲੈਂਦੇ ਹਾਂ ਕਿ ਚਲੋ 2-4 ਮਹੀਨੇ ਨੂੰ ਕਿਤੇ DC ਲੱਗਿਆ ਹੋਵੇਗਾ, ਕੋਈ ਬਿਜ਼ਨਸ ਦੇ ਵਿੱਚ ਕੋਈ ਕੰਮ ਲਵਾਂਗੇ। ਬਿਲਕੁਲ ਠੀਕ ਹੈ। ਕਿਹੜਾ DC ਵੀਰ ਜੀ, ਇਹ ਤਾਂ ਸਾਨੂੰ ਵੀ ਬਾਅਦ 'ਚ ਪਤਾ ਲੱਗਦਾ ਕਿ ਸਾਡੀ ਦੀਦੀ ਨੂੰ ਵੀ ਆਸਟ੍ਰੇਲੀਆ ਲੈ ਗਿਆ, IELTS ਕਰ ਰਿਹਾ ਸੀ। ਯਾਰ IAS ਅਤੇ IELTS ਕੋਈ ਫਰਕ ਨਹੀਂ ਹੁੰਦਾ, ਇਹ ਬੰਦਿਆਂ ਵਾਲੀ ਗੱਲ ਥੋੜ੍ਹੀ ਯਾਰ। ਪਰ ਟੋਨੀ ਸਿੰਘ, ਇੱਕ ਗੱਲ ਤੁਹਾਨੂੰ ਮੰਨਣੀ ਪੈ ਗਈ। ਉਹ ਕਿਹੜੀ ਵੀਰ ਜੀ? ਕਿ ਪਿੰਡਾਂ ਵਿੱਚ ਜ਼ਮੀਨਾਂ ਹੋ ਗਈਆਂ ਬਹੁਤ ਮਹਿੰਗੀਆਂ। ਬਿਲਕੁਲ। ਪਿੰਡਾਂ ਵਾਲੇ ਕੋਲੇ ਵੀ ਪੈਸਾ ਆ ਗਿਆ ਬਹੁਤ। ਹਾਂ। ਤੇ ਅੱਜ ਕੱਲ ਪਿੰਡਾਂ ਵਾਲੇ ਵੀ ਮਹਿੰਗੀ ਤੋਂ ਮਹਿੰਗੀ ਗੱਡੀ ਚੱਕੀ ਫਿਰਦੇ ਆ। ਇੱਕ ਗੱਲ ਤੁਹਾਨੂੰ ਵੀ ਮੰਨਣੀ ਪਏਗੀ। ਕਿਹੜੀ? ਵੀਰ ਜੀ, ਇਹਨਾਂ ਨੂੰ ਗੱਡੀਆਂ ਦੀਆਂ ਕੰਪਨੀਆਂ ਦੇ ਨਾਮ ਵੀ ਨਹੀਂ ਪਤਾ। ਨਾਮ? ਕੰਪਨੀਆਂ ਦੇ ਨਾਮ? ਇਹ ਕਾਰਾਂ ਦੇ ਸ਼ੋਰੂਮ 'ਚ ਜਾ ਕੇ ਪਤਾ ਕੀ ਕਹਿੰਦੇ ਨੇ? ਕੀ ਕਹਿੰਦੇ? ਉਹ ਗੱਡੀ ਲੈਣੀ ਆ ਜਿਹਦੇ 4 ਕੜੇ ਹੁੰਦੇ ਨੇ, 4 ਕੜੇ ਆਪਸ ਦੇ ਵਿੱਚ ਫਸੇ ਹੁੰਦੇ ਨੇ, ਉਹ ਗੱਡੀ ਲੈਣੀ 4 ਕੜਿਆਂ ਵਾਲੀ। ਇਹ 4 ਕੜਿਆਂ ਵਾਲੀ ਕਿਹੜੀ ਗੱਡੀ ਹੋਈ ਬਾਈ? ਆਡੀ ਵੀਰ ਜੀ। ਬਾਈ ਗੋਡ ਦੀ ਕਸਮ, ਮੈਂ ਪਿੰਡਾਂ ਵਾਲੇ ਮੋਬਾਈਲ ਫੋਨ ਜਦੋਂ ਖਰੀਦਣ ਜਾਂਦੇ ਨੇ, ਮੋਬਾਈਲ ਫੋਨਾਂ ਦੀ ਸ਼ਾਪ 'ਤੇ ਜਾ ਕੇ ਦੁਕਾਨਦਾਰ ਤੋਂ ਮੋਬਾਈਲ ਪਤਾ ਕਿਵੇਂ ਮੰਗਦੇ ਨੇ? ਕਿਵੇਂ ਮੰਗਦੇ ਨੇ? ਕਹਿੰਦੇ ਉਹ ਮੋਬਾਈਲ ਫੋਨ ਲੈਣਾ ਜਿਹਦੀ ਕੰਪਨੀ ਦੇ ਸੇਬ 'ਤੇ ਦੰਦੀ ਵੱਡੀ ਹੁੰਦੀ ਆ। ਦੰਦੀ? ਸੇਬ 'ਤੇ ਦੰਦੀ ਵੱਡੀ ਵਾਲਾ ਫੋਨ? ਐਪਲ ਦਾ ਆਈਫੋਨ ਵੀਰ ਜੀ। ਪਰ ਟੋਨੀ, ਤੈਨੂੰ ਇੱਕ ਗੱਲ ਮੰਨਣੀ ਪਊਗੀ। ਕਿਹੜੀ ਵੀਰ ਜੀ? ਆ ਪਿੰਡਾਂ ਦਾ ਹਰੇਕ ਮੁੰਡਾ ਅੱਜ ਕੱਲ੍ਹ ਫੇਸਬੁੱਕ 'ਤੇ ਹੈ। ਇਹ ਜਿਹੜੀ ਫੇਸਬੁੱਕ ਹੈ ਨਾ ਵੀਰ ਜੀ, ਜਦੋਂ ਦੀ ਪਿੰਡਾਂ ਵਾਲੇ ਮੁੰਡਿਆਂ ਦੇ ਹੱਥ ਲੱਗੀ ਹੈ ਨਾ, ਇਹ ਫੇਸਬੁੱਕ ਨਹੀਂ ਰਹੀ, ਇਹ ਹੁਣ ਕਲੇਸ਼ਬੁੱਕ ਬਣ ਚੁੱਕੀ ਹੈ। ਬਾਈ ਗੋਡ ਦੀ ਕਸਮ, ਗੱਲ ਗੱਲ 'ਤੇ ਸਟੇਟਸ ਬਦਲ ਦਿੰਦੇ ਨੇ, ਹਰ ਗੱਲ 'ਤੇ ਸਟੇਟਸ ਚੇਂਜ ਕਰ ਦਿੰਦੇ ਨੇ। ਸਵੇਰੇ ਸਵੇਰੇ ਲਿਖ ਦਿੰਦੇ ਨੇ ਯਾਰ ਹੁਣ ਉੱਠੇ ਨੇ, ਹੁਣ ਯਾਰ ਬਾਥਰੂਮ ਜਾਣਗੇ, ਯਾਰ ਅੱਜ ਨਹੀਂ ਨਹਾਉਣਗੇ, ਅੱਜ ਤਾਂ ਯਾਰ ਬੁਲਟ ਚਮਕਾਉਣਗੇ, ਰਾਤ ਜ਼ਿਆਦਾ ਹੋ ਗਈ ਸਿਰ ਦੁਖਦਾ ਇਸ ਕਰਕੇ ਸਭ ਤੋਂ ਪਹਿਲਾਂ ਪੀਕਾਸੂਲ ਦੇ ਕੈਪਸੂਲ ਖਾਣਗੇ। ਬਾਈ ਗੋਡ ਦੀ ਕਸਮ, ਬੰਦਿਆਂ ਵਾਲੀ ਗੱਲ ਹੈ ਯਾਰ ਇਹ। ਉਹ ਗੱਲ ਤਾਂ ਪੱਕੀ ਹੈ ਜਗਨੂੰ ਜੀ, ਆਹ ਮੋਬਾਈਲ ਫੋਨ ਆਉਣ ਨਾਲ ਯੂਟਿਊਬ, ਗੂਗਲ, ਫੇਸਬੁੱਕ ਨਾਲ ਦੁਨੀਆ ਬਹੁਤ ਛੋਟੀ ਹੋ ਗਈ। ਓਏ ਅੱਜ ਕੱਲ੍ਹ ਤਾਂ ਮੋਬਾਈਲ ਬਾਬੇ ਵੀ ਚੱਲ ਪਏ। ਮੋਬਾਈਲ ਬਾਬੇ? ਹਾਂਜੀ, ਮੋਬਾਈਲ ਫੋਨ 'ਤੇ ਬਾਬੇ ਪ੍ਰਵਚਨ ਸੁਣਾ ਦਿੰਦੇ ਨੇ, ਮੋਬਾਈਲ ਫੋਨ 'ਤੇ ਇਲਾਜ ਕਰ ਦਿੰਦੇ ਨੇ, ਮੋਬਾਈਲ ਫੋਨ 'ਤੇ ਪਰਹੇਜ਼ ਦੱਸਦੇ ਨੇ, ਅਤੇ ਮੋਬਾਈਲ ਫੋਨ 'ਤੇ ਚੜਾਵਾ ਲੈ ਲੈਂਦੇ ਨੇ। ਉਹ ਕਿਵੇਂ ਬਾਈ? ਆਲਾ ਸੁਣ ਲੈ, ਇੱਕ ਕੰਨਿਆਂ ਨੂੰ ਇੱਕ ਮੋਬਾਈਲ ਬਾਬਾ ਉਹਦਾ ਭਵਿੱਖ ਫੋਨ 'ਤੇ ਹੀ ਦੱਸ ਰਿਹਾ। ਹੈਲੋ। ਜਾ ਸੰਤਾਂ ਦੀ ਕਿਸਮਤ ਵਾਲੀਆਂ, ਕਰਮਾਂ ਵਾਲੀਆਂ, ਭਾਗਾਂ ਵਾਲੀਆਂ, ਮੁਕੱਦਰ ਤੇਰਾ ਬੜਾ ਤੇਜ਼ ਆ, ਬਾਹਰਲੇ ਦੇਸ਼ਾਂ ਨੂੰ ਜਾਏਂਗੀ, ਹਵਾਈ ਜਹਾਜ਼ਾਂ ਦੀ ਸੈਰ ਕਰੇਂਗੀ, ਮਾਪਿਆਂ ਨੂੰ ਸੁੱਖ ਦੇਵੇਂਗੀ, ਨੋਟਾਂ ਦਾ ਬਿਸਤਰਾ ਵਿਛਾ ਕੇ ਸੋਇਆ ਕਰੇਂਗੀ, 500-500 ਦੇ ਨੋਟਾਂ ਦਾ ਲਵਾ ਦਈਏ ਸਰਾਣਾ, ਤੈਨੂੰ ਇੱਕ ਵਚਨ ਕਰਕੇ ਜਾਣਾ, ਬੋਲ ਵਚਨ ਕਰ ਦਈਏ, ਗੁੱਸਾ ਤਾਂ ਨਹੀਂ ਕਰੇਂਗੀ? ਓ ਹੈਲੋ, ਤੁਸੀਂ ਕੌਣ ਬੋਲ ਰਹੇ ਹੋ? ਬੁੱਲਾ ਕੀ ਜਾਣਾ ਮੈਂ ਕੌਣ ਆ, ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ, ਨਾ ਮੈਂ ਪੰਡਿਤ, ਨਾ ਮੈਂ ਕਾਜੀ, ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ, ਬੰਦਾ ਸਾਰੀ ਉਮਰ ਮੈਂ ਕਰਦਾ ਮਰ ਜਾਂਦਾ, ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ। ਆਹ ਚੇਲੀਏ, ਕੋਈ ਗੁੜ ਦਾ ਡਲਾ, ਕੋਈ ਦੁੱਧ ਦਾ ਪਲਾ ਤੇਰਾ ਕਰਦੀ ਹੈ, ਭਲਾ ਤੇਰੀ ਜੈ ਜੈਕਾਰ ਹੋ ਜਾਣੀ ਹੈ, ਤੈਨੂੰ ਦੇ ਦੀਏ ਗਿੱਦੜ ਸਿੰਘੀ, ਵਿੰਗ ਤੜਿੰਗੀ, ਹੱਥ ਜੋੜੀ, ਪ੍ਰੇਮ ਜੋੜੀ, ਸੁਰਗ ਬੂਟੀ, ਜਿਮਨੀ ਬੂਟੀ, ਦੇ ਦੀਏ ਫਿਰ ਮੰਨੇਗੀ ਬਾਬਿਆਂ ਨੂੰ। ਪਹਿਲਾਂ ਇਹ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ? ਗੁੱਸਾ ਖਾ ਗਈ ਲੱਗਦੀਆਂ ਚੇਲੀਏ, ਗੁੱਸਾ ਨਾ ਕਰ, ਗੁੱਸੇ ਤਾਂ ਤੈਨੂੰ ਕੋਈ ਯੰਤਰ ਦੇ ਕੇ ਜਾਵਾਂਗੇ, 21 ਸਿੱਧਾਂ ਦਾ। ਲਾਲ ਖੰਮਣੀ ਨੂੰ 7.5 ਗੰਢਾਂ ਦੇ ਕੇ ਖੱਬੇ ਗੁੱਟਣਾ ਬੰਨ ਲਈ, 11.25 ਰੁਪਈਆਂ ਦੇ ਚੌਲ, 3 ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰ ਦਈਏ ਪ੍ਰਬੰਧ, ਅਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ। ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ, ਤੇਰੇ ਮਿਹਦੇ 'ਚ ਗਰਮੀਆਂ ਕੁੜੀਏ, ਅੰਬ ਦਾ ਚਾਰ, ਲਾਲ ਮਿਰਚ ਅਤੇ ਤੱਤੀ ਚਾਹ ਤੋਂ ਕਰ ਪਰਹੇਜ਼, ਅਤੇ ਮਿੱਠਾ ਰੱਖ ਥੋੜ੍ਹਾ ਜਿਹਾ ਤੇਜ਼, ਅਤੇ ਤੇਰਾ ਮਿਹਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ, ਮੈਨੂੰ ਫਕੀਰ ਨਾ ਕਹੀਂ। ਤੁਹਾਨੂੰ ਕਿਵੇਂ ਪਤਾ ਮੇਰੇ ਮਿਹਦੇ 'ਚ ਗਰਮੀ ਆ? ਬੱਚਾ ਬਾਬੇ ਸਭ ਜਾਣੀ ਜਾਣਨੇ, ਉੱਪਰੋਂ ਆਕਾਸ਼ਬਾਣੀ ਹੋ ਜਾਂਦੀ ਹੈ, ਕਿਸਮਤ ਵਾਲੀਆਂ, ਭਾਗਾਂ ਵਾਲੀਆਂ, ਬਾਬਿਆਂ ਨੇ ਤੋੜਿਆ ਮੌਨ ਅਤੇ ਤੈਨੂੰ ਲਾ ਲਿਆ ਫੋਨ, ਮੰਗ ਲੈ ਜੋ ਮੰਗਣਾ ਬੱਚਾ, ਤੈਨੂੰ ਦੇ ਦਈਏ ਹੁਸਨ ਬੂਟੀ ਦਾ ਚੂਰਨ, ਤੜਕੇ ਉੱਠ ਕੇ ਨਿਰਨੇ ਕਾਲਜੇ ਸੱਜਰੇ ਪਾਣੀ ਨਾਲ ਇੱਕ ਚਮਚਾ ਲੈ ਲਈ, 11 ਦਿਨਾਂ 'ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲਿਆਊਗਾ, ਮੰਨੇਗੀ ਬਾਬਿਆਂ ਨੂੰ? ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਹਾਂ, ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਹਾਂ, ਤੁਸੀਂ ਉਹਦੇ ਲਈ ਕੁਛ ਕਰ ਸਕਦੇ ਹੋ? ਉਹਦਾ ਵੀ ਕਰ ਦਿਆਂਗੇ ਇਲਾਜ, ਸੁੱਖ ਲੱਗੂਗੀ, 125 ਰੁਪਈਆ, ਇੱਕ ਦਾਰੂ ਦੀ ਬੋਤਲ ਅਤੇ ਕਾਲੇ ਰੰਗ ਦੀ ਮੁਰਗੀ, ਤੇਰਾ ਬਾਹਰਲਾ ਕੰਮ ਵੀ ਕਰਾ ਦਿਆਂਗੇ ਫਤਿਹ, 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ, ਹਰੇਕ ਮੰਗਲਵਾਰ ਅਤੇ ਵੀਰਵਾਰ ਨੂੰ ਸੱਜੀ ਅੱਖ 'ਚ ਪਾ 2.25 ਸਲਾਈਆਂ, ਤੇਰਾ ਬੀਜਾ ਰੋਕਣ ਵਾਲੇ ਗ੍ਰਹਿ ਨੂੰ ਪਾ ਲਈਏ ਨੱਥ, ਅਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦਈਏ ਜਹਾਜ਼ ਦੀ ਬਾਰੀ ਨੂੰ ਹੱਥ, ਫਿਰ ਮੰਨੇਗੀ ਬਾਬਿਆਂ ਨੂੰ? ਚਲੋ ਮੰਨ ਤਾਂ ਮੈਂ ਜਾਊਂਗੀ, ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ?
सवा 500 रुपये की सुख लगेगी अज तो 2 महीने 22 दिन बाद टोरंटो बैठी याद करेंगी बाबियां नूं। पर बाबा जी मैनू गल दसो मैं तुहानू हुणे पैसे किवें दे सकदी आ? कोई ना चेली इहदा भी कर लांगे प्रबंध, बाबियां दे मोबाइल फोन च बैलेंस पवा दे, नाले बाबियां दी रिंगटोन चल पू, नाले 4 पैसे बाबियां दे बैलेंस हो जाणगे, बाबियां दी हो जाणी है, बह जा तेरी हो जाणी है, जय जयकार। पैसे का माण नहीं करीदा कुड़ी, अज तेरे कोले कल नू मेरे कोले, नाले बाबे नानक ने भी कहता खावो खर्चो रल मिल भाई तोट ना आवे वध हो जाई। चलो ठीक है, एक गल होर, मैं ना लव मैरिज करवाना चाहुंदी आ, ओहदे लई तुसीं कुछ कर सकदे हो? 1,150 रुपया ते लाल चुन्नी कर दे बाबे नू, दान इहदा भी कढ लांगे, हल बन जू तेरी गल। तैनू दे दिए प्रेम बूटी, 16 किस्म दीआं सपनीआं दीआं जीभां नू केसर ते संधूर च रगड़ के बनाया होया चूरन देवांगे। 1.5 महीना सराहने दे सज्जे पासे रख के सौंजा करी, प्रेम बूटी दा एक पत्ता बाल बौंदी बौंदी सिर तो वार के अग च साड़ दी, तेरे विरोधियां दे मूंह हो जाणगे बंद ते तेरी लव मैरिज दा हो जू प्रबंध। पूरा 51 दिनां बाद पा के चूड़ा महंगा 12 किलो दा लहंगा, मैरिज पैलेस दी शगन वाली कुर्सी ते बैठी झूटे लैंदी होएंगी, फिर मन्नेगी बाबे नू? अच्छा बाबा जी मेरी पढ़ाई बारे भी कुछ दसो। ਇਹ ਕੰਮ ਵੀ ਤੇਰਾ ਹੋ ਜੂ ਚੇਲੀਏ, ਤੈਨੂੰ ਦੇਵਾਂਗੇ ਵਿੱਦਿਆ ਬੂਟੀ ਦੇ 101 ਪੱਤੇ, ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ 1-1 ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ 'ਚ ਰੱਖ ਲਈ। ਵਿੱਦਿਆ ਦੇਵੀ ਤੇਰਾ ਫੜੂਗੀ ਹੈਂਡ ਆਈਲੈਟ 'ਚੋਂ ਦਵਾ ਦੀਏ 7.5 ਬੈਂਡ, ਵਿੱਦਿਆ ਬੂਟੀ ਦੇ 7 ਪੱਤਿਆਂ ਨੂੰ ਕੱਚੀ ਲੱਸੀ 'ਚ ਘੋਲ ਕੇ ਪੀ ਜਾ, ਘਰੇ ਆਊਗਾ ਬੀਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਂਗੀ ਬਾਬਿਆਂ ਨੂੰ। ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ, ਮੈਂ ਤਾਂ ਧੰਨ ਹੋ ਗਈ ਧੰਨ, ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਦੀ ਹਾਂ। ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ, ਜਾ ਸ਼ਨੀਦੇਵ ਬਾਬਿਆਂ ਦਾ ਨੰਬਰ ਕਰ ਲਾ ਸੇਵ, ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ, ਉਹਨਾਂ ਨੂੰ ਕਰਾ ਕੇ ਤਿਆਰੀਆਂ, ਖੁੱਲ੍ਹਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ। ਬੋਲ ਜੈ ਸੰਤਾਂ ਦੀ। ਜੈ ਸੰਤਾਂ ਦੀ। ਉਹ ਉੱਚੀ ਬੋਲ ਜੈ ਸੰਤਾਂ ਦੀ। ਜੈ ਸੰਤਾਂ ਦੀ। ਮੰਨ ਗਈ ਨਾ ਬਾਬਿਆਂ ਨੂੰ? ਮੰਨ ਗਈ ਬਾਬਾ ਜੀ, ਮੰਨ ਗਈ। ਯਾਰ ਜੁਗਨੂੰ, ਤੁਹਾਡੇ ਪਿੰਡ ਵਾਲੇ ਝੰਡੇ ਅਮਲੀ ਦਾ ਕੀ ਹਾਲ ਹੈ? ਉਹਦਾ ਕੋਈ ਲੇਟੈਸਟ ਪੰਗਾ ਦੱਸ ਯਾਰ। ਆ ਪਿਛਲੇ ਦਿਨੀ ਮਰਦਮਸ਼ੁਮਾਰੀ ਵਾਲਾ ਸਟਾਫ ਆ ਗਿਆ ਸ਼ਹਿਰ ਤੋਂ ਜਨਗਣਨਾ ਕਰਨ। ਅੱਛਾ, ਤੇ ਉਹ ਸਟਾਫ ਬੋਲਦਾ ਸੀ ਹਿੰਦੀ। ਅੱਛਾ, ਫਿਰ ਝੰਡੇ ਨੇ ਵੀ ਹਿੰਦੀ ਬੋਲੀ? ਹਿੰਦੀ ਬੋਲੀ, ਝੰਡੇ ਨੇ ਹਿੰਦੀ ਕੇ ਵਾਟ ਕਾਢ ਦੀਏ। ਐਕਸਕਿਊਜ਼ ਮੀ। ਹੈ ਜੀ। ਇੱਕ ਮਿੰਟ ਬਾਤ ਸੁਣਨਾ। ਦੱਸੋ ਜੀ, ਮਤਲਬ? ਮੈਂ ਆਪਕੀ ਜਨਗਣਨਾ ਕਰਨੇ ਆਈ ਹੂੰ। ਜਨਗਣ ਮਨ ਕਰਨੇ ਆਈ ਹੋ? ਇਹ ਤਾਂ ਸਕੂਲ 'ਚ ਹੁੰਦੀ ਹੈ ਜੀ ਜਵਾਕਾਂ ਦੀ ਜਨਗਣ ਮਨ ਜੀ, ਸਾਡੀ ਗਰੀਬਾਂ ਦੀ ਕਾਹਦੀ ਜਨਗਣ ਮਨ ਹੈ, ਸਾਡੀ ਤਾਂ ਮਹਿੰਗਾਈ ਨਹੀਂ ਪਹਿਲਾਂ ਜਨਗਣ ਮਨ ਕੱਢੀ ਪਈ ਹੈ ਜੀ। ਮਤਲਬ ਮੇਰਾ ਮਤਲਬ ਹੈ ਮੈਂ ਆਪਕੀ ਗਿਣਤੀ ਕਰਨੇ ਆਈ ਹੂੰ। ਉਹ ਅਸੀਂ ਕਿਹੜੀ ਗਿਣਤੀ 'ਚ ਆਉਂਦੇ ਹਾਂ ਜੀ, ਸਰਕਾਰ ਤਾਂ ਸਾਨੂੰ ਗਰੀਬਾਂ ਨੂੰ ਕਿਸੇ ਗਿਣਤੀ 'ਚ ਸਮਝਦੀ ਹੋਈ ਨਹੀਂ। ਚੱਲ ਭਾਈ ਤੁਸੀਂ ਆਏ ਹੋ ਤਾਂ ਕਰੋ ਭਾਈ ਗਿਣਤੀ, ਦੱਸੋ। ਕਿਆ ਮੁਝੇ ਥੋੜ੍ਹੀ ਜਾਣਕਾਰੀ ਦੇਂਗੇ? ਜਾਣਕਾਰੀ ਦੇਣ ਵਾਸਤੇ ਇੱਥੇ ਖੜੇ ਜੀ, ਹੋਰ ਕੌਣ ਸਾ, ਮੈਂ ਇੱਥੇ ਤੂੰ ਹੀ ਲਗਾਏ ਬੈਠਾ ਹੂੰ। थुई? ये थुई क्या होता है? थुई नहीं पता जी, ये पाथियों से लगती है जी, मतलब पाथियों से। पाथियां? ये पाथियां क्या होता है? मतलब जड़ी माज होती है ना, माज। माज? ये चोटे की घर वाली होती है जी, मतलब माज होती है वो, उसका जो रेंद खून होता है ना जी, मतलब उसको पहले तो पथते हैं, फिर किसी नेड़े तेड़े की समझ कांध पर उसको मतलब थपते हैं, फिर जब सूख जाती हैं तो पाथियां बन जाती हैं। मतलब आपको क्या लगता है जी, मतलब हम हिंदी बोल नहीं सकते गांव वाले? हम तो बीबा मतलब हिंदी की धूस काट देते हैं जी, धूस। ये धूस क्या होता है? ये तो बीबा काटने पर ही पता लगता है भी, जब धूस निकलती है तो आदमी को पता चलता है कि धूस निकल गई है। वाओ, कितना प्यारा डॉगी है। मैनू क्या है जी कुछ मतलब? ये आपके पास खड़ा है ना डॉगी, कितना प्यारा है। अच्छा, एदी गल कर दो कतीड़ दी। जा भजा कुत्ता, साली कतीड़ तड़की इकट्ठी हो जाती है, इतने गाँव में तो ऐसे कतीड़ मतलब फिरती हुई रहती है जी, मतलब दिन रात। कतीड़? ये कतीड़ क्या होता है? ये आपके शहर में अगर 5-7 कुत्ते एक जगह पर इकट्ठे हो जाएं तो फिर उसको मतलब क्या कहते हो आप शहरी लोग ये मतलब जी? डॉग शो? हमारे पिंडों में कहते हैं उसको कतीड़। ओह माय गॉड, ये क्या हुआ? ओ किसी शरारती ने कतीड़ में रोड़ा मार दिया होगा जी, ओ कतीड़ की पतीड़ पै गई है जी। अ
अब ये पथीड़ क्या होता है? ये तो पढ़ने पर ही पता लगती है जी। कई बार तो पिंडों में सारी सारी रात ही कतीड़ की पतीड़ पैती रहती है जी। क्योंकि आपके शहर में तो कुत्ते पढ़े लिखे होते हैं जी, अंग्रेजी में भौंकते हैं। वाओ नाउ हाउ। साडे पिंडां तो अनपढ़ कुत्ते ने जी, अद्धी रात नू 2:30 बजे तहानू बूथा चक के पता नहीं कड़ी पड़ास कड़ते ने, चार पिंडां सुनते होंदे ने। यार झंडे दे सरकार दे कम्मां बारे की विचार ने? भई जेड़े हिसाब नाल सरकार बयान दे जांदी है भी बिजली आम कर दांगे, बिजली वाधू कर दांगे, बाकी सूबियां नू बेचा करांगे, ऐसा बना तां यार फिर 1.5-2 साल नू अपने जवाक भी करंट मारिया करनगे। एक गल मैं होर बुझ ली, मैनू तां अखबार पढ़ना नहीं आउंदा, अखबार खबूर च तुसीं पढ़ के दसोंगे भी जिहड़ा पंजाब च बिजली दा कोई वड्डा अफसर है, जां तां भाई ओह आप डाक्टर है, जां ओहदे घरवाली डाक्टर है, जां फिर भाई डाक्टर दी गल वाली मानदा ओह। ओह तैनू किवें पता है? पंजाब नू बिजली यार ऐ लिखती जिवें डाक्टर परची ते दवाई लिखदा हुंदा भी तड़के वाली रोटी तो पहला 1 घंटा, दुपहर वाली चाह तो बाद 1.5 घंटा, आसने रोटी खाण तो पहला 2 घंटे, चलो जाओ शाबाश। ओ पक्की गल है यार झंडे दी, पिंडा विच बिजली दा बहुत बुरा हाल है, पर जुगनू पिंडा ते शहरा दे कल्चर दा बहुत फर्क है। बहुत फर्क है यार, बहुत फर्क है। पिंड दे किसे बच्चे नू पुछिए तेरे बापू दा की नाम है, ओ 1 मिंट च कह दिंदा मैं भजने के करतार दा। ते जे शहर वाले नू पुछिए ओ कहिंदा अंकल जी 1 मिंट ठहरो मैं गूगल ते सर्च मार दा। हरेक चीज गूगल तो लभदे ने यार। जे शहरियां नू पुछिए कि दिवाली किवें मनाई सी पिछली? अच्छा 2 दिन पहला पिकनिक ते गए वीर जी, बहुत मजे ले, घर आके 1-1 पैग पीता, फ्रेंड्स नाल ते फैमिली नाल डिनर कीता, बच्चा ने पटाके चलाए, उस तो बाद ओके बाय। ते पिंडा वाले दी दिवाली किवें हुंदी है? पिंड वाले दी दिवाली जग्गी थोड़ी जी लंबी चलती है। ओ किवें? 2 दिन पहला दारू दा ढोल कढ़िया, दिवाली वाले दिन फिर बकरा वढ़िया, शरीकां ने भान के मंगे दे घर मूहरे ललकारा मारता, मंगे ने गडासे नाल उहदा सिर पाड़ता, बुग्गे के माड़ू दे पजामे चकरी वड़ गई, ऐसी बड़ी बस घूम घूम के तहां चढ़ गई। साडे बापू ने गवांडियां दे घर कनी नू मूँह करके आशबाजी चलाती, उन्होंने थाने च रिपोर्ट लिखाती, पौने कट फिर बापू नू पुलिस लै गई, साडी दिवाली तां विच ही रह गई। सदे कट ली जूए च अपना ट्रैक्टर हार गया, ते दिवाली वाले दिन सब तो वड्डा धमाका धूनी वाला साध कर गया। ओ किवें? पिंड दी एक जनानी नू साध लैके भज गया, ओहदा एक चेला ओहदी छोटी भैण नू 2 दिनां बाद लैके भज गया, फिर जग्गी 2 महीने खबर अखबार च आई। केड़ी? कि साडे पिंड ने दिवाली बड़ी धूमधाम नाल मनाई। जिहड़ियां शहर वालियां औरतां हुंदियां ने लेडीज़, इन्हां दा सारे दिन दा कामकार करन दा शेड्यूल की हुंदा है? ओह कहिंदियां ने सुबह 8 बजे बच्चे स्कूल जांदे ने, 9 बजे हसबेंड ब्रेकफास्ट खाते ने, 10 बजे ऑफिस लई निकल जाते हैं, 10 to 11 सहेलियां नाल फोन ते गपशप ते, 11 तो बाद सीरियल देख दियाँ स्टार प्लस ते, बस इस तरह सारा दिन बीत जाता है। हाँ सच, सारा खाना नेपाली भादर बनाता है। ते पिंडा वालियां औरतां की करदियां ने? ओ पिंड वालियां जनानियां नूं तां बहुत स्यापे हुंदे ने। किहड़े? ओ कहिंदियां 4:15 बजे तड़की उठ के आउनियां, चाह धर के पाथियां वाले गीजर च पाथियां पाउनियां, फिर 1.5 घंटा डंगरां नाल खपदियां, ਉਹ ਤੋਂ ਬਾਅਦ ਭਾਈ ਸਾਰੇ ਟੱਬਰ ਦਾ ਲੰਗਰ ਥੱਪਦੀਆਂ। ਸਭ ਤੋਂ ਪਹਿਲਾਂ ਖੇਤਾਂ ਵਾਲਾ ਨਪੁੱਤਿਆਂ ਦਾ ਭਈਆ ਆ ਜਾਂਦਾ, 14 ਰੋਟੀਆਂ ਤੜਕੀ ਖਾ ਜਾਂਦਾ, ਸਾਰਾ ਦਿਨ ਭੌਂਕ ਭੌਂਕ ਕੇ ਗਵਾਂਢੀਆਂ ਦਾ ਕੁੱਤਾ ਸਿਰ ਖਾ ਲੈਂਦਾ, ਜਦੋਂ ਉਹ ਚੁੱਪ ਕਰਦਾ ਜਵਾਕਾਂ ਦਾ ਪਿਓ ਪੈਗ ਲਾ ਲੈਂਦਾ। ਬਸ ਫਿਰ ਇੰਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਉਹੀ ਧੁੱਪ ਉਹੀ ਛਾਂ, ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ। ਜੁਗਨੂੰ ਯਾਰ, ਮੈਂ ਪੰਜਾਬ ਦੇ ਵਿੱਚ ਰੋਡਵੇਜ ਦੀਆਂ ਬੱਸਾਂ ਬਹੁਤ ਦੇਖੀਆਂ। ਅੱਛਾ। ਪਰ ਕਿਸੇ ਬੱਸ ਦੇ ਵਿੱਚ ਭੀੜ ਨਹੀਂ ਦੇਖੀ। ਇਹਦਾ ਮਤਲਬ ਤੂੰ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਦਰਦ ਤੇ ਉਹਨਾਂ ਦੀ ਪੀੜ ਵੀ ਨਹੀਂ ਦੇਖੀ? ਕੀ ਮਤਲਬ? ਉਹ ਪੰਜਾਬ ਰੋਡਵੇਜ ਦੀਆਂ ਦੁਖੀ ਬੱਸਾਂ ਨੇ ਇਕੱਠੀਆਂ ਹੋ ਕੇ ਧਰਮਰਾਜ ਨੂੰ ਇੱਕ ਚਿੱਠੀ ਲਿਖੀ ਸੀ। ਕੀ ਲਿਖਿਆ ਸੀ ਬਈ ਚਿੱਠੀ 'ਚ? ਉਹਨਾਂ ਲਿਖਿਆ ਕਹਿੰਦੇ ਧਰਮਰਾਜ ਜੀ ਸਤਿ ਸ਼੍ਰੀ ਅਕਾਲ, ਮੈਂ ਪੰਜਾਬ ਰੋਡਵੇਜ ਦੀ ਬੱਸਾਂ ਕੀ ਦੱਸਾਂ, ਹੁਣ ਤਾਂ ਸੱਚੀ ਮੁੱਚੀ ਬੇਬੱਸਾਂ।
ਸਵਾਰੀਆਂ ਚੜਾਉਣ ਵਾਲਾ ਕੰਮ ਤਾਂ ਧਰਮਰਾਜ ਜੀ ਸਾਡਾ ਉਦੋਂ ਦਾ ਹੀ ਖਤਮ ਹੋ ਗਿਆ ਸੀ ਜਦੋਂ ਦੀਆਂ ਲੀਡਰਾਂ ਨੇ ਆਪਣੀਆਂ ਬੱਸਾਂ ਇੱਕ ਮਿੰਟ ਸਾਡੇ ਤੋਂ ਮੂਹਰੇ ਅਤੇ ਇੱਕ ਮਿੰਟ ਸਾਡੇ ਪਿੱਛੇ ਲਾ ਰੱਖੀਆਂ ਨੇ। ਸਵਾਰੀ ਸਵੂਰੀ ਸਾਡੇ 'ਚ ਕੋਈ ਚੜ੍ਹਦੀ ਨਹੀਂ, ਬਸ ਟਾਇਰਾਂ ਦੀ ਇੱਜ਼ਤ ਜੀ ਰੱਖਣ ਵਾਸਤੇ ਭੱਜੀਆਂ ਫਿਰਦੀਆਂ। ਸਵਾਰੀਆਂ ਦੇ ਤਾਂ ਅਸੀਂ ਕੰਮ ਦੀਆਂ ਰਹੀਆਂ ਨਹੀਂ, ਪਰ ਹਾਂ ਇੱਕ ਕੰਮ ਅਸੀਂ ਜ਼ਰੂਰ ਆਉਂਦੀਆਂ, ਜਦੋਂ ਵੀ ਕਿਤੇ ਦੇਸ਼ ਵਿਦੇਸ਼ 'ਚ ਕੋਈ ਧਰਮ ਦਾ ਝਗੜਾ ਹੁੰਦਾ ਅਸੀਂ ਫੁਕਣ ਦੇ ਕੰਮ ਜ਼ਰੂਰ ਆਉਂਦੀਆਂ। ਝਗੜਾ ਹਜ਼ਾਰਾਂ ਕਿਲੋਮੀਟਰ ਦੂਰ ਹੋਇਆ ਹੁੰਦਾ, ਸਾਡੀਆਂ ਧਨੌਲੇ ਵਾਲੀਆਂ ਮੋਗੇ ਵਾਲੀਆਂ ਭੈਣਾਂ ਐਵੇਂ ਸ਼ਹੀਦੀ ਦੇ ਜਾਂਦੀਆਂ ਨੇ, ਜਾਂ ਫਿਰ ਆ ਕਾਲਜਾਂ ਦੇ ਮੁੰਡੇ ਜਿਨ੍ਹਾਂ ਨੂੰ ਅਸੀਂ ਬਿਨਾਂ ਟਿਕਟਾਂ ਤੋਂ ਬਿਨਾਂ ਪਾਸਾਂ ਤੋਂ ਆਪਣੀ ਛੱਤ 'ਤੇ ਆਪਣੇ ਸਿਰ 'ਤੇ ਬਿਠਾ ਕੇ ਲੈ ਕੇ ਜਾਂਦੀ ਹਾਂ, ਜਦੋਂ ਕਿਤੇ ਇਹਨਾਂ ਦਾ ਪੇਪਰ ਸਿਲੇਬਸ ਤੋਂ ਬਾਹਰ ਆ ਜੇ ਇਹ ਆ ਕੇ ਸਾਨੂੰ ਅੱਗ ਲਾਉਂਦੇ ਨੇ, ਕਹਿੰਦੇ ਚਲੋ ਬੱਸਾਂ ਫੂਕੀਏ। ਸਮਝ ਨਹੀਂ ਆਉਂਦੀ ਸਾਡੀ ਜਨਤਾ ਅਤੇ ਸਰਕਾਰਾਂ ਸਾਥੋਂ ਕੀ ਚਾਹੁੰਦੀਆਂ ਨੇ। ਮੁੱਕਦੀ ਗੱਲ ਹੈ ਧਰਮਰਾਜ ਜੀ, ਪੰਜਾਬ 'ਚ ਬੱਸਾਂ ਅਤੇ ਬੇਟੀਆਂ ਸਿਰਫ ਫੁਕਣ ਦੇ ਕੰਮ ਆਉਂਦੀਆਂ ਨੇ, ਸਿਰਫ ਫੁਕਣ ਦੇ ਕੰਮ ਆਉਂਦੀਆਂ। ਉਹ ਜੁਗਨੂੰ ਯਾਰ ਮੈਨੂੰ ਇੱਕ ਗੱਲ ਦੱਸ, ਆਜ਼ਾਦੀ ਤੋਂ ਬਾਅਦ ਆ ਭ੍ਰਿਸ਼ਟਾਚਾਰ ਨੇ, ਘਪਲਿਆਂ ਨੇ, ਰਿਸ਼ਵਤ ਨੇ ਆਪਣੇ ਮੁਲਕ ਦਾ ਕਿੰਨਾ ਕੁ ਨੁਕਸਾਨ ਕਰਤਾ ਹੋਊ? ਇਹਦੇ ਬਾਰੇ ਮੈਂ ਤੈਨੂੰ ਕੀ ਦੱਸਾਂ, ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਵਾਲੇ ਕਸਤੂਰੀ ਬਾਣੀ ਦੀ ਦੁਕਾਨ 'ਚ ਹੋ ਗਈ ਚੋਰੀ। ਕਿਵੇਂ? ਉਹ ਰਾਤ ਨੂੰ ਚੋਰ ਪਾੜ ਲਾ ਕੇ ਕੰਧ ਭੰਨ ਕੇ ਉਹਦਾ ਗੱਲਾ ਗੁੱਲਾ ਚੱਕ ਕੇ ਲੈ ਗਏ, ਸੌਦਾ ਪੱਤਾ ਖੰਡਾ ਗਏ। ਅੱਛਾ। ਅਗਲੇ ਦਿਨ ਕਸਤੂਰੀ ਨੇ ਪੁਲਿਸ 'ਚ ਰਿਪੋਰਟ ਲਿਖਾਤੀ ਅਤੇ ਦੁਕਾਨ ਵੀ ਖੋਲ੍ਹ ਲਈ। ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ, ਸਿਆਲ ਦੇ ਦਿਨ ਸੀ, ਰਿਓੜੀਆਂ ਗੱਚਕ ਵਗੈਰਾ ਸਜਾ ਕੇ ਰੱਖੀ ਹੋਈ। ਲੋਕ ਪਤਾ ਲੈਣ ਆਉਣ ਲੱਗ ਗਏ ਵੀ ਯਾਰ ਕਸਤੂਰੀ ਨਾਲ ਅਫਸੋਸ ਕਰਿਆ ਈਏ। ਸਾਡੇ ਪਿੰਡ ਵਾਲਾ ਸਰਪੰਚ ਵੀ ਪਿਛਲੇ ਜੇ ਪਹਿਰ ਚਲਾ ਗਿਆ, ਕਹਿੰਦਾ ਕਸਤੂਰੀ ਕੋਲੇ ਜਾ ਆਈਏ, ਕਹਿੰਦੇ ਚੋਰੀ ਹੋ ਗਈ। ਅੱਛਾ। ਉਹ ਜਾਣਸਾਰ ਸਰਪੰਚ ਨੇ ਰਿਓੜੀਆਂ ਵਾਲੀ ਬੋਰੀ 'ਚੋਂ ਭਰੀ ਇੱਕ ਮੁੱਠੀ, ਕਸਤੂਰੀ ਦੀ ਗੱਦੀ 'ਤੇ ਬਹਿ ਕੇ ਦੋ ਕੁ ਮੂੰਹ 'ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਯਾਰ, ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ। ਫਿਰ ਸੇਠ ਕਸਤੂਰੀ ਲਾਲ ਜੀ ਕੀ ਕਹਿੰਦੇ? ਸਰਪੰਚ ਸਾਹਿਬ ਕੀ ਦੱਸੀਏ, ਅੱਧਾ ਪਿੰਡ ਤਾਂ ਪਤਾ ਲੈ ਗਿਆ, ਅੱਧਾ ਹਜੇ ਸਮਝ ਪਤਾ ਲੈਣ ਆਊ, ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਬੋਰੀ 'ਚੋਂ ਮੁੱਠੀ ਭਰ ਕੇ ਦੋ ਕੁ ਮੂੰਹ 'ਚ ਪਾ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ। ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ, ਜਦੋਂ ਹਟ ਗਿਆ ਉਦੋਂ ਸਾਹਿਬ ਲਾਵਾਂਗੇ। ਉਹ ਯਾਰ ਸੇਠ ਕਸਤੂਰੀ ਵਾਲਾ ਨੁਕਸਾਨ ਤਾਂ ਕਿਵੇਂ ਨਾ ਕਿਵੇਂ ਪੂਰਾ ਹੋਜੂ, ਪਰ ਜਿਹੜਾ ਨੁਕਸਾਨ ਆਪਣੇ ਸੱਭਿਆਚਾਰ ਦਾ ਲੱਚਰ ਗੀਤਾਂ ਕਰਕੇ ਹੋਈ ਜਾਂਦਾ ਇਹਦਾ ਕੀ ਬਣੂ? ਉਹ ਸੱਭਿਆਚਾਰ ਤਾਂ ਲਹੂ ਲੁਹਾਨ ਹੋਇਆ ਪਿਆ। ਕਿਵੇਂ? ਉਹ ਟੀਵੀ ਤੇ ਗਾਣੇ ਦੇਖ ਲੈ ਪੰਜਾਬੀ, ਮਾਰ ਦਿਆਂਗੇ, ਕੁੱਟ ਦਿਆਂਗੇ, ਠਾ ਠੀ ਠੂ, ਜੱਟਾ ਕਰ ਦੂ, ਜੱਟੋ ਕਰ ਦੂ, ਅੱਗਾਂ ਲਾ ਦਿਆਂਗੇ। ਉਹ ਗਾਣੇ ਸੁਣ ਕੇ ਤਾਂ ਇਹ ਲੱਗਦਾ ਜਿਵੇਂ ਜੱਟਾਂ ਤੇ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ। ਮੈਂ ਇਹੋ ਜਿਹੇ ਗੀਤ ਲਿਖਣ ਗਾਉਣ ਵਾਲੇ ਗਾਇਕਾਂ ਅਤੇ ਗੀਤਕਾਰ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਮੇਰੇ ਨਾਲ ਚੱਲੋ, ਪੂਰਾ ਪੰਜਾਬ ਘੁੰਮਾਂਗੇ, ਮੈਨੂੰ ਦਿਖਾਓ ਕਿ ਟੈਲੀਵਿਜ਼ਨ ਦੇ ਗੀਤਾਂ ਜਿਹੜਾ ਤੁਸੀਂ ਜੱਟ ਦਿਖਾਉਂਦੇ ਹੋ ਉਹ ਕਿਹੜੇ ਪਿੰਡ ਰਹਿੰਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹੇ ਮੇਰੇ ਗਾਇਕ ਅਤੇ ਗੀਤਕਾਰ ਭਰਾਓ, ਗੀਤਾਂ 'ਚ ਅਸਲੀ ਪੰਜਾਬ ਦਿਖਾਓ, ਜੇ ਸਾਡੀ ਨਵੀਂ ਪੀੜ੍ਹੀ ਨੂੰ ਸਹੀ ਰਸਤਾ ਨਹੀਂ ਦੱਸ ਸਕਦੇ ਤਾਂ ਘੱਟੋ ਘੱਟ ਗਲਤ ਰਾਹਾਂ 'ਤੇ ਨਾ ਪਾਓ। ਕਹਿੰਦੇ ਹੋ ਗਿਆ ਜੱਟ ਚੜਾਈਆਂ ਤੇ, ਹਰ ਦੂਜਾ ਗੀਤ ਲੜਾਈਆਂ ਤੇ, ਸਮਝ ਨਹੀਂ ਆਉਂਦੀ ਕਾਤੋਂ ਗਾਇਕਾਂ ਗੀਤਕਾਰਾਂ ਨੇ, ਸਮਝ ਨਹੀਂ ਆਉਂਦੀ ਕਾਤੋਂ ਗਾਇਕਾਂ ਗੀਤਕਾਰਾਂ ਨੇ, ਚੰਦਰੇ ਜ਼ਮਾਨੇ ਦੇ ਮਾਹੌਲ ਚੱਕ ਲਏ, ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ, ਗੁੰਦੀਆਂ ਦੀ ਥਾਂ ਤੇ ਪਸਤੌਲ ਚੱਕ ਲਏ, ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ, ਗੁੰਦੀਆਂ ਦੀ ਥਾਂ ਤੇ ਪਸਤੌਲ ਚੱਕ ਲਏ। ਕਦੇ ਗਲਾਸੀ ਖੜਕੇ ਨਾ, ਜੋ ਗੀਤਾਂ ਚ ਨਜ਼ਰੀ ਪੈਂਦਾ ਏ ਉਹ ਜੱਟ ਕਿਹੜੇ ਪਿੰਡ ਰਹਿੰਦਾ ਏ, ਜੱਟਾਂ ਦੇ ਚੁੱਲਿਆਂ ਚ ਮੱਚਦੀ ਨਾ ਅੱਗ, ਜੱਟਾਂ ਦੇ ਚੁੱਲਿਆਂ ਚ ਮੱਚਦੀ ਨਾ ਅੱਗ, ਪਰ ਸਿੰਗਰਾਂ ਨੇ ਜੱਟਾਂ ਦੇ ਮਖੌਲ ਚੱਕ ਲਏ, ਗੀਤਾਂ ਵਿੱਚ ਗੋਲੀਆਂ ਦੇ ਪਿੰਡ ਨੇ ਪਟਾਕੇ, ਕੁੰਬੀਆਂ ਦੀ ਥਾਂ ਤੇ ਪਸਤੌਲ ਚੱਕ ਲਏ, ਗੀਤਾਂ ਵਿੱਚ ਗੋਲੀਆਂ ਦੇ ਪਿੰਡ ਨੇ ਪਟਾਕੇ, ਤੌਲ ਚੱਕ ਲੈ।
ਜੱਟਾਂ ਦੇ ਪੁੱਤ ਵੈਲੀ ਨੇ ਜਾ ਵੇਲੇ ਨੇ ਜਾਂ ਠੇਕਿਆਂ ਤੇ ਜਾਂ ਥਾਣਿਆਂ ਜਾਂ ਵਿੱਚ ਕਚਹਿਰੀਆਂ ਮੇਲੇ ਨੇ ਬਸ ਤਰਸ ਕਰੋ ਹੁਣ ਜੱਟਾਂ ਤੇ ਲਾਓ ਮਲਮ ਉਹਦਿਆਂ ਫੱਟਾਂ ਤੇ ਕਰਦੇ ਚ ਜੀ ਦਾ ਵਾਲ ਵਾਲ ਕਰ ਜਾਈ ਹੋਇਆ ਕਰਦੇ ਚ ਜੀ ਦਾ ਵਾਲ ਵਾਲ ਕਰ ਜਾਈ ਹੋਇਆ ਉਹਨੇ ਕਿਵੇਂ ਭੰਗੜੇ ਚ ਢੋਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲਏ ਚੰਡੀਗੜ੍ਹ ਕਰੇ ਆਸ਼ਕੀ ਵਿੱਚ ਮਹਿੰਗੀਆਂ ਕਾਰਾਂ ਦੇ ਉਹਦੇ ਹੱਥ ਤਾਂ ਦਾਤੀ ਖੁਰਪੇ ਸ਼ੌਕ ਨਹੀਂ ਹਥਿਆਰਾਂ ਦੇ ਇਹ ਛੋਟੇ ਮਨ ਦਾ ਵਹਿਮ ਹੈ ਚੰਡੀਗੜ੍ਹ ਚੱਕਦਾ ਟੈਮ ਹੈ ਸੜਕਾਂ ਤੇ ਮਾਨਾ ਉਹ ਤਾਂ ਨਾਰੇ ਲਾਉਂਦਾ ਫਿਰੇ ਸੜਕਾਂ ਤੇ ਮਾਨਾ ਉਹ ਤਾਂ ਨਾਰੇ ਲਾਉਂਦਾ ਫਿਰੇ ਬਸ ਮੰਡੀਆਂ ਜੋ ਸਾਡੇ ਕੋਈ ਚੌਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲੇ ਮੇਰੇ ਕੋਲ ਕੁਝ ਟੌਪਿਕ ਨੇ ਅੱਛਾ ਤੂੰ ਉਹਨਾਂ ਬਾਰੇ ਆਪਣੀ ਰਾਏ ਦੇ ਆ ਜਾ ਸਭ ਤੋਂ ਪਹਿਲਾਂ ਟੈਲੀਵਿਜ਼ਨ ਦੇ ਪ੍ਰੋਗਰਾਮ ਅੱਜ ਕੱਲ ਦੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖ ਕੇ ਟੀਵੀ ਟੀਵੀ ਹੀ ਨਹੀਂ ਲੱਗਦਾ ਐਂ ਲੱਗਦਾ ਜਿਵੇਂ ਬਾਥਰੂਮ ਦਾ ਬੂਹਾ ਖੁੱਲਾ ਰਹਿ ਗਿਆ ਹੋਵੇ ਤੇ ਅੱਜ ਕੱਲ ਦੇ ਬੱਚੇ ਜੰਮਦੀ ਡਿਜੀਟਲ ਬੱਚਾ ਹਸਪਤਾਲ 'ਚ ਪੈਦਾ ਹੋਇਆ ਪੈਦਾ ਹੋਣ ਸਾਰ ਨਰਸ ਨੂੰ ਕਹਿੰਦਾ ਆਂਟੀ ਤੁਹਾਡੇ ਕੋਲ ਮੋਬਾਈਲ ਫੋਨ ਹੈਗਾ ਨਰਸ ਕਹਿੰਦੀ ਬੇਟਾ ਆਪਣੇ ਕਿਆ ਕਰਨਾ ਹੈ ਕੋਈ ਖਾਸ ਕੰਮ ਨਹੀਂ ਬਸ ਧਰਮਰਾਜ ਨੂੰ SMS ਭੇਜਣਾ ਵੀ ਠੀਕ ਠਾਕ ਪਹੁੰਚ ਗਏ ਤੈਨੂੰ ਸੱਸ ਦਾ ਪਿਆਰ ਉਹ ਗੋਲੀ ਮਾਰ ਅੱਜ ਕੱਲ੍ਹ ਦੀਆਂ ਬਹੁਤੀਆਂ ਕੁੜੀਆਂ ਤਾਂ ਵਿਆਹ ਤੋਂ ਪਹਿਲਾਂ ਇਹੀ ਅਰਦਾਸ ਕਰਦੀਆਂ ਨੇ ਕਿ ਹੇ ਰੱਬਾ ਜਾਂ ਤਾਂ ਮੇਰੀ ਸੱਸ ਚੰਗੀ ਹੋਵੇ ਜਾਂ ਫਿਰ ਉਹਦੀ ਫੋਟੋ ਹਾਰ ਪਾ ਕੇ ਘਰ ਦੀ ਕੰਧ 'ਤੇ ਟੰਗੀ ਹੋਵੇ ਪੰਜਾਬ ਵਿੱਚ ਬਿਜਲੀ ਦਾ ਹਾਲ ਇਹ ਤਾਂ ਜੰਮਦੇ ਬੱਚਿਆਂ ਨੂੰ ਪਤਾ ਹੈ ਬੱਚਾ ਹਸਪਤਾਲ 'ਚ ਜੰਮਿਆ ਜੰਮਣ ਸਾਰ ਨਰਸ ਨੂੰ ਕਹਿੰਦਾ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਬੱਚਾ ਕਹਿੰਦਾ ਉਹ ਨੋ ਇਹਦਾ ਮਤਲਬ ਫਿਰ ਪੰਜਾਬ 'ਚ ਜੰਮ ਪਏ ਅਤੇ ਪੰਜਾਬ ਪੁਲਿਸ ਬਾਰੇ ਤੇਰੀ ਕੀ ਰਾਏ ਹੈ ਪੰਜਾਬ ਪੁਲਿਸ ਦੁਨੀਆ ਦੀ ਇੱਕੋ ਇੱਕ ਇਹੋ ਜਿਹੀ ਪੁਲਿਸ ਹੈ ਜਿਹੜੀ ਨਹਿਰ 'ਚ ਨਹਾਉਂਦੇ ਭਈਏ ਨੂੰ ਵੀ ਕਹਿ ਦਿੰਦੀ ਹੈ ਉਹ ਭਈਓ ਬਾਹਰ ਨਿਕਲ ਕੇ ਕੱਪੜੇ ਪਾ ਓਏ ਤੇਰੀ ਤਲਾਸ਼ੀ ਲੈਣੀ ਆ ਉਹ ਜੁਗਨੂੰ ਯਾਰ ਮੈਂ ਸੁਣਿਆ ਬਾਹਰਲੇ ਮੁਲਕਾਂ ਵਿੱਚ ਮਸ਼ੀਨਾਂ ਵੀ ਰਾਹ ਦੱਸਦੀਆਂ ਉਹ ਬਿਲਕੁਲ ਉਹਨੂੰ ਕਹਿੰਦੇ ਨੇ ਨੈਵੀਗੇਟਰ ਉਹਦੇ 'ਚ ਡਰੈਸ ਪਾਓ ਅਤੇ ਉਹ ਆਪੇ ਹੀ ਰਾਹ ਦੱਸੀ ਜਾਂਦੀ ਹੈ ਕਿਵੇਂ ਪਲੀਜ਼ ਟਰਨ ਲੈਫਟ ਫਰੋਮ 1 ਮਾਈਲ Take a right turn on the second traffic signal. Please take a U-turn from the next roundabout. Then you will reach your destination. Thank you. ਅੱਛਾ ਬਈ ਆਹ ਲਾਈਟਾਂ ਤੋਂ ਖੱਬੇ ਲੈ ਲਓ ਉਹ ਲਾਈਟਾਂ ਤੋਂ ਸੱਜੇ ਲੈ ਲਓ ਚੌਂਕ ਤੋਂ ਯੂ ਮਾਰ ਲਓ ਤੇ ਤੁਸੀਂ ਜਿੱਥੇ ਜਾਣਾ ਉੱਥੇ ਪਹੁੰਚ ਗਏ ਪਹੁੰਚ ਗਏ ਜੁਗਨੂੰ ਯਾਰ ਮੈਂ ਸੋਚਦਾ ਸ਼ੁਕਰ ਹੈ ਤੂੰ ਵੀ ਸੋਚਦਾ ਨਹੀਂ ਮੇਰਾ ਮਤਲਬ ਯਾਰ ਜੇ ਕਿਤੇ ਉਹ ਹੀ ਮਸ਼ੀਨ ਪੰਜਾਬ 'ਚ ਆ ਜਾਏ ਤੇ ਪੰਜਾਬ ਦੇ ਵਿੱਚ ਪੰਜਾਬੀ ਚ ਰਾਹ ਕਿਵੇਂ ਦੱਸੂ ਘੋਨੇ ਮਿਸਤਰੀ ਦੀ ਵਰਕਸ਼ਾਪ ਕੋਲੋਂ ਖੱਬੇ ਅੱਧਾ ਕਿਲੋਮੀਟਰ ਦੂਰ ਭੀਮੇ ਬਾਣੀਏ ਦੇ ਬੀੜੀਆਂ ਦੇ ਖੋਖੇ ਕੋਲੋਂ ਸੱਜੇ ਮੁੜਨਾ ਹੈ ਅੱਗੇ 2 ਕਿਲੋਮੀਟਰ ਧਿਆਨ ਨਾਲ ਚੱਲਿਓ ਕਿਉਂਕਿ ਅਗਲੀ ਸੜਕ ਬਾਰੇ ਮਸ਼ਹੂਰ ਹੈ ਕਿ ਸੜਕਾਂ ਟੁੱਟੀਆਂ ਤੇ ਵਿੱਚ ਟੋਏ ਅਸੀਂ ਡਿੱਗ ਪਏ ਨਹੀਂ ਓਏ ਹੋਏ ਟੋਏ ਲੰਘ ਕੇ 20-25 ਗਾਵਾਂ ਦੇ ਝੁੰਡ ਕੋਲੋਂ ਸੱਜੇ ਜਾਣਾ ਹੈ ਪਰ ਧਿਆਨ ਰੱਖਿਓ ਕਈ ਵਾਰੀ ਗਾਵਾਂ ਭਿੜਦੀਆਂ ਭਿੜਦੀਆਂ ਗੱਡੀਆਂ 'ਚ ਆ ਵੱਜਦੀਆਂ ਨੇ ਕਿਰਪਾ ਕਰਕੇ ਗੱਡੀ ਦੇ ਸਾਰੇ ਸ਼ੀਸ਼ੇ ਉੱਪਰ ਕਰ ਲਓ ਕਿਉਂਕਿ ਅੱਗੇ ਕੂੜੇ ਦਾ ਵੱਡਾ ਢੇਰ ਹੈ ਜਿਹਨੂੰ ਚੁਕਾਉਣ ਵਾਸਤੇ ਪਿਛਲੇ 4.5 ਸਾਲ ਤੋਂ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ ਅਗਲੇ 2 ਕਿਲੋਮੀਟਰ ਯਾਨੀ ਕਿ 4 ਸ਼ਰਾਬ ਦੇ ਠੇਕੇ ਲੰਘ ਕੇ ਸਿੱਧੇ ਜਾਣਾ ਹੈ
पर जरा ध्यान रखियो अगे बेरोजगार लाइनमैन का धरना चल रहा है ते तीन चार सीवरेज के ढक्कन खुले पए हैं। एक तूड़ी वाला ट्रक पिछले 2 महीने तो पलटिया पिया अपने मालकां नूं उड़ीक रहा है। अगे लिखा है कि पुल बहुत तंग है। असल विच पुल सरकार तो बहुत तंग है क्योंकि इहदी म्याद लंघी नूं 18 साल हो गए हैं पर पुल अजे भी ओवर टाइम ड्यूटी कर रहा है। बस सरकार किसी बड़े एक्सीडेंट की उड़ीक कर रही है ताकि मंत्री साहब दुर्घटना वाली थान पर जाके मृतकों के वारसों को 2-2 लाख रुपए की ग्रांट अनाउंस करके नवें पुल की उसारी का ऐलान कर सकन। पुल लंघन तो बाद सज्जे मुड़ना है पर अगे असी तुहानू कुछ नहीं दस सकते क्योंकि अगली सड़क सरकार दे सिर्फ कागजां च बनी है धरती ते अजे नहीं बनी। कहिंदे ने इह सड़क दा ठेकेदार सड़क नू बचाले छड़ के भज गया है क्योंकि रेते अते बजरी दे भा तुहानू पता ही है। तुहाडे बिल्कुल खब्बे पासे ठेके दे नाल पप्पू पकौड़ियां वाले दी रेहड़ी है। उत्थों किसी स्याणे जे शराबी नू पुछ के तुसीं अपनी मंजिल ते पहुँच सकदे हो। असीं तुहानू धुर तक छड्डण दा ठेका नहीं लिया। ਉਹ ਜੱਗੀ ਕਈ ਵਾਰ ਤਾਂ ਸਾਡੇ ਸਰਕਾਰੀ ਮਹਿਕਮੇ ਅਜੀਬ ਕਿਸਮ ਦੀ ਕਮੇਟੀ ਪੈਦਾ ਕਰ ਦਿੰਦੇ ਨੇ। ਉਹ ਕਿਵੇਂ? ਉਹ ਇੱਕ ਬੰਦਾ ਸਕੂਟਰ 'ਤੇ ਜਾਂਦਾ ਸੀ ਉਹਨੂੰ ਟ੍ਰੈਫਿਕ ਪੁਲਿਸ ਵਾਲਿਆਂ ਨੇ ਰੋਕ ਲਿਆ। ਉਹ ਬਈ ਡਰਾਈਵਿੰਗ ਲਾਇਸੈਂਸ ਦਿਖਾ ਬਈ। ਓਏ ਲਾਇਸੈਂਸ ਤਾਂ ਮੇਰੇ ਕੋਲ ਹੈ ਨਹੀਂ ਜੀ। ਹੈ ਨਹੀਂ? ਨਾ ਜੀ। ਅੱਛਾ ਬਣਾਇਆ ਹੀ ਨਹੀਂ? ਬਣਾਉਣ ਗਿਆ ਤੀ। ਉਹ ਕਹਿੰਦੇ ਲਾਇਸੈਂਸ ਬਣਾਉਣ ਵਾਸਤੇ ਵੋਟਰ ਕਾਰਡ ਲੈ ਕੇ ਆ। ਵੋਟਰ ਕਾਰਡ ਮੇਰੇ ਕੋਲ ਹੈ ਨਹੀਂ ਤੀ ਜੀ। ਤੇ ਫਿਰ ਵੋਟਰ ਕਾਰਡ ਬਣਾ ਲੈਣਾ ਸੀ। ਉਹ ਵੀ ਬਣਾਉਣ ਗਿਆ ਤੀ। ਉਹ ਕਹਿੰਦੇ ਵੋਟਰ ਕਾਰਡ ਬਣਾਉਣ ਵਾਸਤੇ ਰਾਸ਼ਨ ਕਾਰਡ ਲੈ ਕੇ ਆ। ਫਿਰ ਉਹ ਤਾਂ ਮੇਰੇ ਕੋਲ ਹੈ ਹੀ ਨਹੀਂ ਤੀ ਜੀ। ਉਹ ਰਾਸ਼ਨ ਕਾਰਡ ਬਣਾ ਲੈਣਾ ਸੀ। ਉਹ ਵੀ ਬਣਾਉਣ ਗਿਆ ਤੀ ਜੀ। ਉਹ ਕਹਿੰਦੇ ਰਾਸ਼ਨ ਕਾਰਡ ਬਣਾਉਣ ਵਾਸਤੇ ਬਿਜਲੀ ਦਾ ਬਿੱਲ ਲੈ ਕੇ ਆ। ਫਿਰ ਮੀਟਰ ਤਾਂ ਆਪਣੇ ਘਰੇ ਹੈ ਨਹੀਂ ਤੀ ਜੀ, ਕੁੰਡੀਆਂ 'ਤੇ ਚੱਲਦਾ ਸਮਝ ਕੰਮ। ਉਹ ਤਾਂ ਬਿਜਲੀ ਦਾ ਮੀਟਰ ਲਵਾ ਲੈਣਾ ਸੀ। ਉਹ ਵੀ ਲਵਾਉਣ ਗਿਆ ਤੀ ਜੀ। ਉਹ ਕਹਿੰਦੇ ਮੀਟਰ ਲਵਾਉਣ ਵਾਸਤੇ ਬੈਂਕ ਦੀ ਕਾਪੀ ਲੈ ਕੇ ਆ। ਫਿਰ ਬੈਂਕ 'ਚ ਆਪਣਾ ਖਾਤਾ ਤਾਂ ਹੈ ਨਹੀਂ ਤੀ ਜੀ। ਉਹ ਮੇਰੇ ਪਿਓ ਬੈਂਕ 'ਚ ਖਾਤਾ ਖਿਲਾ ਲੈਣਾ ਸੀ। ਉਹ ਵੀ ਖਿਲਾਉਣ ਗਿਆ ਤੀ ਜੀ। ਉਹ ਬੈਂਕ ਵਾਲੇ ਕਹਿੰਦੇ ਖਾਤਾ ਖਿਲਾਉਣ ਵਾਸਤੇ ਰਾਸ਼ਨ ਕਾਰਡ, ਵੋਟਰ ਕਾਰਡ, ਲਾਇਸੈਂਸ ਅਤੇ ਬਿਜਲੀ ਦਾ ਬਿੱਲ, ਇਹ 4-5 ਲੈ ਕੇ ਆ। ਇਹ ਤਾਂ ਫਿਰ ਮੇਰੇ ਕੋਲ ਪਹਿਲੀ ਹੈ ਨਹੀਂ ਤੀ ਜੀ। ਉਹ ਜੁਗਨੂ ਯਾਰ, ਇੱਕ ਹੋਰ ਕਮਾਲ ਦੀ ਗੱਲ ਹੋ ਗਈ। ਕਿਹੜੀ? ਮੈਂ ਸੁਣਿਆ ਵੀ ਸਿੱਖਿਆ ਮਹਿਕਮੇ ਵਾਲਿਆਂ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੰਦੇ ਮੰਦੇ ਗੀਤਾਂ ਵਾਲੀਆਂ ਕਿਤਾਬਾਂ ਭੇਜਤੀਆਂ। ਉਹ ਇਹ ਤਾਂ ਕੁਛ ਵੀ ਨਹੀਂ, ਆ ਸਾਲ 2 ਸਾਲ ਨੂੰ ਗੌਰਮੈਂਟ ਹਨੀ ਸਿੰਘ ਹੋਰਾਂ ਨੂੰ ਸਿਲੇਬਸ 'ਚ ਲਾਊਗੀ। ਅੱਛਾ, ਫਿਰ ਸਰਕਾਰੀ ਸਕੂਲਾਂ 'ਚ ਸਵਾਲ ਕਿਹੋ ਜਿਹੇ ਹੋਣਗੇ? ਲੈ ਮੈਂ ਦੱਸ ਦਿੰਦਾ। ਯੋ ਯੋ ਹਨੀ ਸਿੰਘ ਦੇ ਗੀਤਾਂ 'ਚੋਂ ਸਾਨੂੰ ਕਿਹੜੀ ਕਿਹੜੀਆਂ ਨਵੀਆਂ ਗਾਲਾਂ ਅਤੇ ਨਸ਼ਿਆਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇੰਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ ਦਾ ਕੇਂਦਰੀ ਭਾਵ 150 ਸ਼ਬਦਾਂ 'ਚ ਲਿਖੋ। ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ। ਗਾਣਾ ਸੁਣ ਕੇ ਨਾਨਕੇ ਪਿੰਡ ਰਹਿਣ ਅਤੇ ਭੂਆ ਕੋਲੇ ਪੜ੍ਹਨ ਦੀਆਂ ਲਾਭ ਹਾਨੀਆਂ ਦੱਸੋ। ਮੰਨ ਲਓ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ। ਸੱਭਿਆਚਾਰ ਦਾ ਫਾਰਮੂਲਾ ਵਰਤ ਕੇ ਕੁੜੀ ਦੀ ਉਮਰ ਅਤੇ ਉਹਦੇ ਮਾਪਿਆਂ ਦੇ ਕੱਦ ਕਾਠ ਬਾਰੇ ਜਾਣਕਾਰੀ ਦਿਓ। ਮਿਸ ਪੂਜਾ ਦੀਆਂ ਫਿਲਮਾਂ ਦੇ ਪਤਨ ਦੇ ਕੋਈ 4 ਕਾਰਨ ਦੱਸੋ। ਸ਼ਹਿਰੀ ਮਾਨ ਦੇ ਕੋਈ 5 ਅਣਮੁੱਲੇ ਯਾਰਾਂ ਦੇ ਨਾਂ ਲਿਖੋ ਅਤੇ ਇਹ ਵੀ ਦੱਸੋ ਉਹ ਵੱਧ ਚੀਨੀ ਪਾ ਕੇ ਚਾਹ ਕਿੱਥੇ ਪੀਂਦੇ ਸਨ। ਸ਼ੀਲਾ ਕਦੋਂ ਜਵਾਨ ਹੋਈ ਅਤੇ ਆਪਣੀਆਂ ਕਿਹੜੀਆਂ ਕਿਹੜੀਆਂ ਕਰਤੂਤਾਂ ਕਰਕੇ ਮੁੰਨੀ ਬਦਨਾਮ ਹੋਈ? ਘੱਟੋ ਘੱਟ 150 ਸ਼ਬਦਾਂ 'ਚ ਲਿਖੋ। ਮਰ ਜਾਣੀ ਨੇ ਕਿਹੜੇ ਗੀਤ 'ਤੇ ਭੰਗੜਾ ਪਾਇਆ? ਏ ਦੇਲਾ ਗੇੜਾ, ਬੀ ਅੰਗਰੇਜ਼ੀ ਬੀਟ 'ਤੇ, ਸੀ ਨਾਗ ਸਾਂਭਲਾ ਜ਼ੁਲਫਾਂ ਦੇ। ਤੇਰਾ ਦੀ ਛਤਰੀ ਤੋਂ ਉੱਡ ਗਈ ਬੱਗੀ ਕਬੂਤਰੀ ਦੇ ਮਿੱਤਰਾਂ ਦੀ ਛਤਰੀ ਤੋਂ ਉੱਡਣ ਦੇ ਕੋਈ 3 ਕਾਰਨ ਦੱਸੋ ਅਤੇ ਇਹ ਵੀ ਦੱਸੋ ਉਹ ਮਿੱਤਰਾਂ ਦੀ ਛਤਰੀ ਤੋਂ ਉੱਡ ਕੇ ਕਿਹੜੇ ਮੁਲਕ 'ਚ ਜਾ ਕੇ ਬੈਠੀ? ਗਾਇਕ ਰਾਜ ਬਰਾੜ ਦੇ ਗੀਤ ਵਿੱਚ ਜੱਟ ਨੂੰ ਆਪਣਾ ਕਰਜ਼ਾ ਲਾਉਣ ਲਈ ਕਿਹੜਾ ਟਰੈਕਟਰ ਵੇਚਣਾ ਪਿਆ? ਏ ਸਵਰਾਜ, ਬੀ 911 ਜਾਂ ਸੀ ਫੋਰਡ। ਤੁਹਾਡਾ ਦੋਸਤ ਪੇਪਰਾਂ 'ਚ ਨਕਲ ਮਾਰਦਾ ਪਰਚੀਆਂ ਸਮੇਤ ਰੰਗੇ ਹੱਥੀ ਫੜਿਆ ਗਿਆ ਹੈ। ਉਹਦੇ ਘਰ ਦੇ ਕੇਸ ਨੂੰ ਰਫਾ ਦਫਾ ਕਰਾਉਣ ਵਾਸਤੇ ਮੂੰਹੋਂ ਮੰਗੀ ਰਿਸ਼ਵਤ ਨਹੀਂ ਦੇ ਸਕਦੇ। ਸਿੱਖਿਆ ਮੰਤਰੀ ਨੂੰ ਰਿਸ਼ਵਤ ਮਾਫ਼ੀ ਦੀ ਅਰਜ਼ੀ ਲਿਖੋ। ਅਤੇ ਰਿਸ਼ਵਤ ਮਾਫ਼ੀ ਦੀ ਅਰਜ਼ੀ ਕਿਹੋ ਜਿਹੀ ਹੋਊ ਫਿਰ? ਸੇਵਾ ਵਿਖੇ ਮਾਣਯੋਗ ਮੰਤਰੀ ਸਾਹਿਬ, ਬੇਨਤੀ ਹੈ ਕਿ ਮੇਰੇ ਦੋਸਤ ਰਾਮ ਸਿੰਘ 'ਤੇ ਪੇਪਰਾਂ ਵਿੱਚ ਨਕਲ ਦਾ ਕੇਸ ਬਣ ਗਿਆ ਹੈ।
ਤੁਹਾਡੇ ਮਹਿਕਮੇ ਦੇ ਅਫਸਰ ਉਸ ਕੇਸ ਨੂੰ ਰਫਾ ਦਫਾ ਕਰਨ ਦਾ 5.5 ਲੱਖ ਰੁਪਈਆ ਮੰਗਦੇ ਹਨ। ਮੰਤਰੀ ਸਾਹਿਬ, ਬੇਨਤੀ ਹੈ ਕਿ ਇਹ ਬਹੁਤ ਗਰੀਬ ਪਰਿਵਾਰ ਹੈ, ਇਹਨਾਂ ਨੇ ਤਾਂ 5.5 ਲੱਖ ਠੀਕਰੀਆਂ ਨਹੀਂ ਦੇਖੀਆਂ, ਪੈਸਿਆਂ ਦੀ ਗੱਲ ਤਾਂ ਦੂਰ। ਮੰਤਰੀ ਸਾਹਿਬ, ਇੱਕ ਹੋਰ ਗੱਲ ਦੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਇਸ ਟੱਬਰ ਨੇ ਪਿਛਲੀਆਂ ਚੋਣਾਂ 'ਚ ਆਪਣੀਆਂ 6 ਦੀਆਂ 6 ਵੋਟਾਂ 500 ਰੁਪਈਏ ਵੋਟ ਦੇ ਹਿਸਾਬ ਨਾਲ 3000 ਰੁਪਈਏ ਲੈ ਕੇ ਤੁਹਾਨੂੰ ਪਾਈਆਂ ਸਨ। ਇਹ ਪਰਿਵਾਰ ਉਹ ਵੇਚੀਆਂ ਹੋਈਆਂ ਵੋਟਾਂ ਦੇ ਪੂਰੇ ਪੈਸੇ ਵਿਆਜ ਸਮੇਤ 3792 ਰੁਪਈਏ ਮੋੜਨ ਲਈ ਤਿਆਰ ਹੈ ਅਤੇ ਅਗਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਆਪਣੀਆਂ ਵੋਟਾਂ ਤੁਹਾਡੇ ਹੱਕ 'ਚ ਗਹਿਣੇ ਰੱਖਦਾ ਹੈ। ਇਸ ਲਈ ਪਰਿਵਾਰ ਦੀ ਗਰੀਬੀ ਅਤੇ ਮੇਰੇ ਦੋਸਤ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਦੀ ਪੂਰੀ ਰਿਸ਼ਵਤ ਮਾਫ਼ ਕੀਤੀ ਜਾਵੇ। ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ। ਜੁਗਨੂ ਯਾਰ, ਗੱਲਾਂ ਗੱਲਾਂ ਵਿੱਚ ਮੈਂ ਭੁੱਲ ਹੀ ਗਿਆ ਕਿ ਉਹ ਤੁਹਾਡੇ ਪਿੰਡ ਵਾਲੇ ਭਾਣਕੇ ਮੰਗੇ ਦਾ ਕੀ ਹਾਲ ਹੈ? ਓਏ, ਮੰਗਾ ਪਾਉਂਦਾ ਨਿਤ ਨਵੇਂ ਤੋਂ ਨਵਾਂ ਪੰਗਾ। ਅੱਛਾ, ਉਹ ਇੱਕ ਵਾਰੀ ਮੰਗੇ ਦੇ ਇੱਕ ਰਿਸ਼ਤੇਦਾਰ ਨਾਲ ਉਹਦੇ 2-3 ਸ਼ਹਿਰੀ ਦੋਸਤ ਆ ਗਏ। ਉਹ ਮੰਗੇ ਕੋਲੇ ਚਲੇ ਗਏ ਤੇ ਖੇਤ ਜਾ ਕੇ ਪੈਗ ਸ਼ੈਗ ਲਾਉਣ ਲੱਗ ਗਏ। ਅੱਛਾ, ਮੰਗਾ ਉਹਨਾਂ ਨੂੰ ਸ਼ਰਾਬ ਵਰਤਾਉਣ ਲੱਗ ਗਿਆ। ਅਗਲੇ ਦਿਨ ਨੂੰ ਮੰਗਾ ਕਹਿੰਦਾ, ਮੈਨੂੰ ਆ ਗਿਆ ਭੇਤ, ਉਹ ਇਹਨਾਂ ਸ਼ਹਿਰੀਆਂ ਜਾਂਦਾ। ਉਹ ਕਿਵੇਂ? ਇਹ ਸ਼ਹਿਰੀ ਜੇ ਨਾ ਸ਼ਰਾਬ ਪੀਣ ਵੇਲੇ ਪਹਿਲਾ ਦੂਜਾ ਪੈਗ ਪੀਣ ਵੇਲੇ ਨਖਰੇ ਜੇ ਕਰਦੇ ਨੇ। ਕੋਈ ਕਹਿੰਦਾ ਮੈਨੂੰ ਸੋਡਾ ਪਾ ਦੇ, ਕੋਈ ਕਹਿੰਦਾ ਮੈਨੂੰ ਅੱਧਾ ਸੋਡਾ ਅੱਧਾ ਪਾਣੀ ਪਾ ਦੇ। ਇਹਨਾਂ ਨੂੰ ਤੀਜਾ ਚੌਥਾ ਪੈਗ ਭਾਵੇਂ ਫਰਨੈਲ ਪਾ ਕੇ ਪਿਆ ਦੇ, ਕੋਈ ਪਤਾ ਨਹੀਂ ਲੱਗਦਾ। ਉਹ ਇੱਕ ਵਾਰੀ ਮੰਗਾ ਮੇਰੇ ਨਾਲ ਬੰਬੇ ਚਲਾ ਗਿਆ। ਹਾਂਜੀ, ਉਹ ਸ਼ੂਟਿੰਗ ਸ਼ਾਟਿੰਗ ਕਰਕੇ ਰਾਤ ਨੂੰ ਆ ਕੇ ਹੋਟਲ 'ਚ ਸੌਂ ਗਏ। ਅੱਛਾ, ਫੇਰ ਤੜਕੇ ਉੱਠ ਕੇ ਕਹਿੰਦਾ ਮੈਂ ਲੱਸੀ ਪੀਣੀ ਹੈ। ਮੈਂ ਹੋਟਲ ਵਾਲਿਆਂ ਤੋਂ ਲੱਸੀ ਦਾ ਗਲਾਸ ਮੰਗਾ ਲਿਆ। ਮੈਨੂੰ ਕਹਿੰਦਾ ਕਿੰਨੇ ਦਾ ਇਹ? ਮੈਂ ਕਿਹਾ 80 ਰੁਪਏ ਦਾ। ਕਹਿੰਦਾ ਫਿਰ ਇਸ ਹਿਸਾਬ ਨਾਲ ਤਾਂ ਸਾਨੂੰ ਬਹੁਤ ਘਾਟਾ ਪੈ ਗਿਆ। ਉਹ ਕਿਵੇਂ? ਜੇ ਐਡਾ ਕੁ ਗਲਾਸ ਲੱਸੀ ਦਾ 80 ਰੁਪਈਆਂ ਦਾ, ਫਿਰ ਇਸ ਹਿਸਾਬ ਨਾਲ ਸਾਡਾ ਬੂਰੀ ਮੱਝ ਦਾ ਕੱਟਾ ਹਰੇਕ ਸਿਆਲ 'ਚ 7.5 ਲੱਖ ਦੀ ਲੱਸੀ ਪੀ ਜਾਂਦਾ। ਉਹ ਬਾਈ, ਮਿਹਨਤ ਵਾਲੀ ਗੱਲ ਹੈ, ਆਹ ਮੇਰਾ ਹੋਟਲ ਵਾਲੇ ਨਾਲ 20 ਰੁਪਏ ਲੱਸੀ ਦੇ ਗਲਾਸ ਦੇ ਹਿਸਾਬ ਨਾਲ ਠੇਕਾ ਕਰਾ ਦੇ, ਉਹ ਮੈਂ ਤਾਂ ਪਿੰਡੋਂ ਬੰਬੇ ਤੱਕ ਲੱਸੀ ਦੀ ਪਾਈਪ ਲਾਈਨ ਹੀ ਪਾ ਦੂੰਗਾ। ਉਹ ਜੁਗਨੂੰ ਯਾਰ, ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ। ਮੈਂ ਸੁਣਿਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਹਰ ਬੰਦਾ ਬਿਜ਼ੀ ਹੈ। ਬਹੁਤ ਬਿਜ਼ੀ। ਬਸ ਆ ਸਾਡੇ ਬਜ਼ੁਰਗ ਜਿਹੜੇ ਆ ਇਹੀ ਪਾਰਕਾਂ 'ਚ ਘੁੰਮਦੇ ਮਿਲਦੇ ਆ, ਵੀ ਇਹਨਾਂ ਲੋਕਾਂ ਦਾ ਟਾਈਮ ਕਿਵੇਂ ਪਾਸ ਹੁੰਦਾ ਹੋਊ? ਉਹ ਕੈਨੇਡਾ ਦੇ ਇੱਕ ਪਾਰਕ 'ਚ ਇੱਕ ਮੈਨੂੰ ਬਜ਼ੁਰਗ ਮਿਲ ਗਏ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਜ਼ੁਰਗੋ ਕਿਵੇਂ ਚੱਲਦੀ ਹੈ ਜ਼ਿੰਦਗੀ, ਕੀ ਤੱਤ ਕੱਢਿਆ ਜ਼ਿੰਦਗੀ ਦਾ? ਕੀ ਦੱਸੀਏ, ਕਾਹਦੀ ਜ਼ਿੰਦਗੀ ਆ, ਕੁੱਤਾ ਕੰਮ ਆ, ਕੁੱਤ ਖਾਨਾ ਇੱਥੇ ਆ। ਪਹਿਲਾਂ ਸਾਡੇ ਘਰ ਦੀ ਕੁੱਤੇ ਖਾਣੀ ਸੁਣ ਲਾ, ਲੈ ਪਿਛਲੇ 8-9 ਸਾਲ ਤੋਂ ਤੜਕੇ ਹੀ ਸਾਡੀ ਬਹੂ ਕੰਮ 'ਤੇ, ਰਾਤ ਨੂੰ ਮੁੰਡਾ ਕੰਮ 'ਤੇ, ਆ ਬੱਚੇ ਪਤਾ ਨਹੀਂ ਕਦੋਂ 'ਤੇ ਕਿਵੇਂ ਜੰਮ 'ਤੇ। ਕੁੱਤਖਾਨਾ ਆ ਇੱਥੇ, ਵੀ ਜੇ ਸਾਂਭਣੇ ਹੀ ਨਹੀਂ ਫਿਰ ਇਹਨਾਂ ਨੂੰ ਜੰਮਿਆ ਕਿਉਂ ਆ? ਸਾਨੂੰ ਤਾਂ 2-2 ਵਾਰੀ ਮਾਪੇ ਬਣਨਾ ਪੈ ਗਿਆ, ਪਹਿਲਾਂ ਆਪਦੇ ਜਵਾਕਾਂ ਨੂੰ ਸਾਂਭਦੇ ਰਹੇ, ਹੁਣ ਉਹਨਾਂ ਦੇ ਜਵਾਕ ਸਾਂਭੀ ਜਾਂਦੇ ਹਾਂ। ਕੁੱਤਾ ਕੰਮ ਆ, ਕੁੱਤਖਾਨਾ ਇੱਥੇ। ਉਹ ਬਾਬਾ ਜੀ, ਮੈਂ ਸੁਣਿਆ ਵੀ ਕੈਨੇਡਾ ਦੇ ਵਿੱਚ ਵੀ ਭੁੱਕੀ ਚੱਲਦੀ ਆ। ਬਿਲਕੁਲ ਚੱਲਦੀ ਆ, ਪਰ ਅੰਗਰੇਜ਼ੀ ਭੁੱਕੀ ਆ। ਕੀ ਮਤਲਬ ਬਾਬਾ ਜੀ? ਮਤਲਬ ਇਹ ਆ ਵੀ ਉਹਨੂੰ ਪੌਪੀ ਫਲਾਵਰ ਕਹਿੰਦੇ ਆ। ਅੱਛਾ, ਇਹ ਜਿਹੜਾ ਪੌਪੀ ਫਲਾਵਰ ਆ ਇਹਨੂੰ ਗੋਰੇ ਆਪਣੀਆਂ ਕਬਰਾਂ 'ਤੇ ਪਾਉਂਦੇ ਆ, ਮਰਿਆ ਹੋਇਆਂ 'ਤੇ ਕਬਰਾਂ 'ਤੇ ਪਾਉਂਦੇ ਆ। ਓਹੋ, ਪਹਿਲਾਂ ਤਾਂ ਆਪਣੇ ਪੰਜਾਬੀਆਂ ਨੇ ਸਾਰੀਆਂ ਗੋਰਿਆਂ ਦੀਆਂ ਕਬਰਾਂ ਸਾਫ਼ ਕਰਤੀਆਂ, ਜਦੋਂ ਉੱਥੋਂ ਮੁੱਕ ਗਏ ਪੌਪੀ ਫਲਾਵਰ, ਫਿਰ ਇਹ ਖਰੀਦਣ ਲੱਗ ਗਏ ਸਟੋਰਾਂ ਤੋਂ। ਇੱਕ ਦਿਨ ਇੱਕ ਗੋਰੀ ਨੇ ਆਪਣੀ ਕਿਸੇ ਦੇਸੀ ਜਨਾਨੀ ਨੂੰ ਪੁੱਛਿਆ, ਬੁੜੀ ਨੂੰ, ਵੀ ਤੁਹਾਡੀ ਕਮਿਊਨਿਟੀ 'ਚ ਬਹੁਤ ਸਾਰੀਆਂ ਡੈਥਾਂ ਹੋ ਗਈਆਂ। ਉਹ ਕਹਿੰਦੀ, ਕਿਵੇਂ? ਕਹਿੰਦੀ, ਤੁਹਾਡੇ ਲੋਕ ਬਹੁਤ ਸਾਰੇ ਪੌਪੀ ਫਲਾਵਰ ਖਰੀਦ ਕੇ ਲਿਜਾਂਦੇ ਆ। ਅਤੇ ਉਹ ਦੇਸੀ ਬੁੜੀ ਪਤਾ ਕੀ ਕਹਿੰਦੀ ਗੋਰੀ ਨੂੰ? ਕੀ ਕਹਿੰਦੀ? ਕਹਿੰਦੀ, ਕੀ ਦੱਸਾਂ ਭੈਣੇ, ਤੁਹਾਡੇ ਤਾਂ ਇਹ ਮਰਿਆਂ 'ਤੇ ਪਾਉਂਦੇ ਆ ਅਤੇ ਸਾਡੇ ਇਹ ਮਰਿਆਂ 'ਚ ਜਾਨ ਪਾਉਂਦੇ ਆ। ਆ ਕੰਮ ਆ, ਕੁੱਤਖਾਨਾ ਇੱਥੇ। ਬਾਬਾ ਜੀ, ਇਹਨਾਂ ਮੁਲਕਾਂ ਦੇ ਵਿੱਚ ਹੋਰ ਕਿਹੜਾ ਕੁੱਤਖਾਨਾ? ਬਈ ਕਾਕਾ, ਇੱਕ ਹੋਵੇ ਤਾਂ ਦੱਸੀਏ, ਇੱਥੇ ਤਾਂ ਪਰੌਂਠੇ ਬਣਾਉਣ ਵੇਲੇ ਵੀ ਕੁੱਤੇ ਖਾਣੀ ਹੁੰਦੀ ਆ। ਉਹ ਕਿਵੇਂ ਜੀ? ਆ ਪਰੌਂਠੇ ਜਦੋਂ ਬਣਾਉਣੇ ਆ ਉਦੋਂ ਧੂੰਆਂ ਨਿਕਲਦਾ, ਧੂੰਏ ਨਾਲ ਫਾਇਰ ਅਲਾਰਮ ਚੱਲਦਾ ਅਤੇ ਫਾਇਰ ਅਲਾਰਮ ਚੱਲਣ ਨਾਲ ਪੁਲਿਸ ਆਉਂਦੀ ਆ। ਆ ਸਾਡੇ ਵਰਗੇ ਬੁੜਿਆਂ ਨੂੰ ਤਾਂ ਪਰੌਂਠੇ ਬਣਾਉਣ ਵੇਲੇ ਹਵਾ ਚੱਲਣ ਲਾ ਦਿੰਦੇ ਨੇ ਫਾਇਰ ਅਲਾਰਮ ਕੋਲੇ, ਕਹਿੰਦੇ ਹਵਾ ਚੱਲੀ, ਚੱਲ ਜੇ ਧੂੰਆਂ ਆ ਗਿਆ ਫਿਰ ਪੁਲਿਸ ਆਊਗੀ। ਹੈ ਕੁੱਤਾ ਕੰਮ, ਸਾਡੇ ਮੁਲਕ 'ਚ ਕਤਲ ਕਰੇ 'ਤੇ ਵੀ ਪੁਲਿਸ ਨਹੀਂ ਆਉਂਦੀ, ਇੱਥੇ ਪਰੌਂਠੇ ਬਣਾਉਣ 'ਤੇ ਵੀ ਪੁਲਿਸ ਆਉਂਦੀ ਆ। ਆ ਕੰਮ ਆ, ਕੁੱਤਖਾਨਾ ਇੱਥੇ। ਉਹ ਜੁਗਨੂੰ ਯਾਰ, ਇੱਕ ਗੱਲ ਦੱਸ, ਆ ਬੀਬੋ ਭੂਆ ਦੇ ਹਾਲਾਤਾਂ ਵਿੱਚ ਕੋਈ ਚੇਂਜ ਆਈ ਆ ਜਾਂ ਉਵੇਂ ਹੀ ਹੈ? ਉਹ ਤੂੰ ਚੇਂਜ ਦੀ ਗੱਲ ਕਰਦਾ, ਬੀਬੋ ਭੂਆ ਤਾਂ ਮਾਡਰਨ ਹੋ ਗਈ, ਮਾਡਰਨ। ਬੀਬੋ ਭੂਆ ਇੱਕ ਦਿਨ ਮੇਰੇ ਕੋਲ ਆਈ,
ਤੇ ਆ ਕੇ ਮੈਨੂੰ ਕਹਿੰਦੀ ਬਾਗਰੂ ਬਾਗਰੂ ਬੇ ਪੁੱਤ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਹਾਂ ਬੇ ਮੈਨੂੰ ਵੀ ਉਹ ਬਣਾ ਕੇ ਦੇ ਦੇ ਬੇ ਜਿਹੜੀ ਅੱਜ ਕੱਲ੍ਹ ਨਵੀਂ ਚੱਲੀ ਹੈ ਹਰੇਕ ਹੀ ਬਣਾਈ ਫਿਰਦਾ ਉਹ ਉਹਨੂੰ ਪੁੱਤਿਆਂ ਦਾ ਕੀ ਨਾਂ ਉਹਦਾ ਕਸੂਤਾ ਜਾ ਹਾਂ ਖੇਸ ਬੁੱਕਲ ਉਹ ਮੈਂ ਕਿਹਾ ਭੂਆ ਖੇਸ ਬੁੱਕਲ ਨਹੀਂ ਫੇਸਬੁੱਕ ਹੁੰਦੀ ਹੈ ਆਹੋ ਉਹੀ ਉਹੀ ਹਾਂ ਮੈਨੂੰ ਬਣਾ ਕੇ ਦੇ ਦੇ ਮੈਂ ਕਿਹਾ ਭੂਆ ਫੇਸਬੁੱਕ ਦੀ ਆਈ ਡੀ ਬਣਾਉਣ ਨੂੰ ਫਿਰਦੀ ਹੈ ਤੈਨੂੰ ਫੇਸਬੁੱਕ ਚਲਾਉਣੀ ਆਉਂਦੀ ਹੈ ਕਹਿੰਦੀ ਫਿਰ ਕੀ ਹੋ ਗਿਆ ਜੇ ਚਲਾਉਣੀ ਨਹੀਂ ਆਉਂਦੀ ਮੈਂ ਮਾਗਰ ਬਹਿ ਜਾ ਕਰੂੰ ਮੱਦੀ ਚਲਾ ਲਿਆ ਕਰੂੰ ਸਕੂਟਰ ਵੀ ਤਾਂ ਉਹੀ ਚਲਾਉਂਦਾ ਉਹ ਬੀਬੋ ਭੂਆ ਨੂੰ ਪੁੱਛਿਆ ਵੀ ਭੂਆ ਤੂੰ ਫੁੱਫੜ ਨਾਲ ਕਿਹੜੀ ਗੱਲੋਂ ਲੜ ਕੇ ਆ ਗਈ ਤੇਰੀ ਕਿਹੜੀ ਗੱਲੋਂ ਅਣਬਣ ਹੋ ਗਈ ਸੀ ਫਿਰ ਬੀਬੋ ਭੂਆ ਕੀ ਕਹਿੰਦੀ ਬੇ ਪੁੱਤ ਅਣਬਣ ਹੋਵੇ ਨਾ ਅਗਲੀ ਤਾਂ ਅਗਲੇ ਤਾਂ ਜਾਨਵਰ ਦੀ ਹੋਵੇ ਤੇ ਅਗਲਾ ਅਗਲੀ ਨੂੰ ਬੇਰਾਂ ਬੱਟੇ ਨਾ ਪੁੱਛੇ ਫਿਰ ਅਗਲੀ ਤਾਂ ਅਗਲੇ ਨੂੰ ਛੱਡ ਕੇ ਭੱਜੂ ਹੋਰ ਅਗਲੀ ਅਗਲੇ ਦੇ ਫੁੱਲਾਂ ਦਾ ਹਾਰ ਪਾਵੇ ਜਾਂ ਤਾਂ ਭਾਈ ਅਗਲਾ ਵੀ ਅਗਲੀ ਦੀ ਕਾਦਰ ਕਰੇ ਅਗਲਾ ਤਾਂ ਕਹਿੰਦਾ ਆਪਦੇ ਨੈਣ ਮੈਨੂੰ ਦੇ ਤੂੰ ਮਟਕਾਉਂਦੀ ਫਿਰ ਫਿਰ ਅਗਲੀ ਨਾਲ ਤਾਂ ਉਹੀ ਹੋ ਗਈ ਨਾ ਖਿੱਲਾਂ ਖਾਣ ਨੂੰ ਬਾਂਦਰੀ ਕਿੰਨ ਪੁੱਤਿਆਂ ਦਾ ਡੰਡੇ ਖਾਣ ਨੂੰ ਰਿੱਛ ਜਾਂ ਤਾਂ ਅਗਲੀ ਨੇ ਅਗਲੇ ਦਾ ਗਲ 'ਚ ਗੂਠਾ ਦਿੱਤਾ ਹੁੰਦਾ ਵੀ ਘਰ ਦੀ ਬੂਰਾ ਖੰਡ ਛੱਡ ਕੇ ਅਗਲਾ ਬਾਹਰਲੇ ਗੁਰ ਨੂੰ ਕਿਉਂ ਮੂੰਹ ਮਾਰਦਾ ਫਿਰ ਤਾਂ ਅਗਲਾ ਵੀ ਚੱਲ ਹੋ ਜਾਂਦਾ ਤੀਰ ਵਾਂਗੂ ਸਿੱਧਾ ਪਰ ਅਗਲੀ ਤਾਂ ਇਸੇ ਭੁਲੇਖੇ 'ਚ ਰਹਿ ਗਈ ਵੀ ਚੱਲ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਪਰ ਅਗਲੀ ਕੀ ਕਰੇ ਜਦੋਂ ਸਾਧ ਵਾਲਾ ਦਿਨ ਪੁੱਤਿਆਂ ਦਾ ਆਉਣ 'ਚ ਹੀ ਨਾ ਆਵੇ ਫਿਰ ਅਗਲੀ ਤਾਂ ਅਗਲੇ ਨੂੰ ਕਹਿ ਕੇ ਤੁਰਿਆ ਹੀ ਵੀ ਚੰਗਾ ਭਾਈ ਸਾਧਾਂ ਨੂੰ ਕੀ ਸਵਾਦਾਂ ਨਾਲ ਅਗਲੀ ਤਾਂ ਕੱਟ ਲੂਗੀ ਯਾਦਾਂ ਨਾਲ ਉਹ ਵਾਕਿਆ ਹੀ ਯਾਰ ਭੂਆ ਵੀ ਫਿਰ ਮਾਡਰਨ ਹੋ ਗਈ ਪਰ ਆਪਦੇ ਜ਼ਮਾਨੇ ਨੂੰ ਅੱਜ ਦੇ ਜ਼ਮਾਨੇ ਨਾਲੋਂ ਹਜੇ ਵੀ ਬੈਸਟ ਕਹਿੰਦੀ ਹੈ ਉਹ ਕਿਵੇਂ ਬਾਈ ਬਾਗਰੂ ਭਾਈ ਅੱਜ ਕੱਲ੍ਹ ਤਾਂ ਬਾਲਾ ਕਲ ਯੁੱਗ ਆ ਗਿਆ ਲੈ ਜਿਹੜੀਆਂ ਸਾਡੇ ਜ਼ਮਾਨੇ ਵੇਲੇ ਖੁਰਾਕਾਂ ਹੁੰਦੀਆਂ ਤੀ ਅੱਜ ਕੱਲ੍ਹ ਉਹ ਬਿਮਾਰੀਆਂ ਨੇ ਭਾਈ ਕਿਵੇਂ ਭੂਆ ਆ ਖੰਡ ਘਿਓ ਪਹਿਲਾਂ ਸਪੈਸ਼ਲ ਪਰਾਉਣੇ ਨੂੰ ਪਾਉਂਦੇ ਹੁੰਦੇ ਭਾਈ ਹਾਂ ਤੇ ਅੱਜ ਕੱਲ੍ਹ ਖੰਡ ਵੀ ਬਿਮਾਰੀ ਹੈ ਪੁੱਤਿਆਂ ਦਾ ਘਿਓ ਵੀ ਬਿਮਾਰੀ ਹੈ ਕਿਵੇਂ ਭੂਆ ਜਿਹੜਾ ਦੇਖੋ ਚਾਹ ਫਿੱਕੀ ਬਣਾਇਓ ਭਾਈ ਮੈਨੂੰ ਸ਼ੂਗਰ ਹੈ ਚਾਹ ਫਿੱਕੀ ਬਣਾਇਓ ਭਾਈ ਮੈਨੂੰ ਸ਼ੂਗਰ ਹੈ ਪੁੱਤਿਆਂ ਦੇ ਸ਼ੂਗਰ ਪਤਾ ਨਹੀਂ ਕਿਵੇਂ ਹੋ ਜਾਂਦੀ ਹੈ ਨਾ ਕੋਈ ਮਿੱਠਾ ਖਾਂਦਾ ਨਾ ਕੋਈ ਅੱਜ ਕੱਲ੍ਹ ਮਿੱਠਾ ਬੋਲਦਾ ਪਹਿਲਾਂ ਵਾਲੇ ਸਰੀਰ ਨਹੀਂ ਰਹੇ ਪੁੱਤ ਅੱਜ ਕੱਲ੍ਹ ਆਲਾ ਨੰਬਰਦਾਰਾਂ ਦਾ ਗੁਰਜੀਤ ਕਿੰਨੀ ਕੁ ਉਮਰ ਹੈ ਭੋਰਾ ਪਰ ਜਵਾਕ ਹੈ 25-26 ਸਾਲ ਦਾ ਆ ਕੱਲ੍ਹ ਪਰਸੋਂ ਟੇਢਾ ਟੇਢਾ ਜਿਹਾ ਤੁਰਿਆ ਜਾਵੇ ਮੈਂ ਕਿਹਾ ਵੀ ਤੈਨੂੰ ਕੀ ਹੋ ਗਿਆ ਕਹਿੰਦਾ ਭੂਆ ਮੈਨੂੰ ਗੋਡਿਆਂ ਦੀ ਸ਼ਿਕਾਇਤ ਹੈ ਗੋਡਿਆਂ 'ਚ ਗਰੀਸ ਮੁੱਕ ਗਿਆ ਗੋਡੇ ਦੁਖਦੇ ਨੇ ਮੈਂ ਕਿਹਾ ਨਪੁੱਤਿਆਂ ਦਾ ਗੋਡੇ ਦੁਖਣਗੇ ਨਹੀਂ ਜੰਗਲ ਪਾਣੀ ਵੀ ਮੋਟਰਸਾਈਕਲ 'ਤੇ ਜਾਂਦੇ ਹੋ ਗਰੀਸ ਮੁੱਕ ਗਿਆ ਕਦੇ ਧਰਤੀ 'ਤੇ ਪੈਰ ਲਾਇਆ ਉਹ ਭੂਆ ਜ਼ਮਾਨਾ ਬਹੁਤ ਬਦਲ ਗਿਆ ਬੇ ਭਾਈ ਜਦੋਂ ਸਾਡੇ 'ਤੇ ਜਵਾਨੀ ਆਈ ਤੀ ਮੈਂ ਮਟਿਆਰ ਹੁੰਦੀ ਉਹ ਜ਼ਮਾਨੇ 'ਚ ਭਾਈ ਭੈਣਾਂ ਨੂੰ ਆਪਦੇ ਵੀਰ ਦੇ ਵਿਆਹ ਦਾ ਇੰਨਾ ਚਾਅ ਹੋਣਾ ਇੰਨਾ ਚਾਅ ਹੋਣਾ ਮੈਂ ਤਾਂ ਕਹਿੰਦੀ ਹਾਂ ਪੁੱਛ ਹੀ ਨਾ ਭਾਈ ਦੇ ਵਿਆਹ ਵੇਲੇ ਭੈਣਾਂ ਨੇ ਸਿੱਠਣੀਆਂ ਗਾਉਣੀਆਂ ਘੋੜੀਆਂ ਗਾਉਣੀਆਂ ਉਹਦੀਆਂ ਸਿਫਤਾਂ ਕਰਨੀਆਂ ਆਪਦੇ ਭਾਈ ਦੀਆਂ ਕਿਵੇਂ ਉੱਚਾ ਲੰਮਾ ਗੱਭਰੂ ਵੀਰਾ ਸੀਟੀ ਵਰਗਾ ਵੇ ਬੋਲ ਪੰਚਾਂ ਵਰਗੀ ਬੈਠਣੀ ਬੇ ਵੀਰਾ ਹਾਕਮ ਵਰਗੀ ਬੇਅੰਤੋਂ ਪਿਆਰਿਆ ਤੋਰ ਤੇ ਭੂਆ ਅੱਜ ਕੱਲ੍ਹ ਦੀਆਂ ਭੈਣਾਂ ਨੂੰ ਭਰਾ ਦੇ ਵਿਆਹ ਦਾ ਚਾਅ ਨਹੀਂ ਹੁੰਦਾ ਬੇ ਅੱਜ ਕੱਲ੍ਹ ਕਾਹਦੇ ਚਾਅ ਪੁੱਤ ਦੁਨੀਆਂ ਲਾਲਚਾਂ 'ਚ ਪੈ ਗਈ ਅੱਜ ਕੱਲ੍ਹ ਤਾਂ ਰੱਖੜੀ ਵਾਲੇ ਦਿਨ ਭਾਈ ਆਪਦੀ ਭੈਣ ਤੋਂ ਪਰਾਂ ਹੱਥ ਖਿੱਚ ਲੈਂਦਾ ਕਹਿੰਦਾ ਪਹਿਲਾਂ ਜ਼ਮੀਨ ਮੇਰੇ ਨਾਂ ਕਰਾ ਫੇਰ ਬਣਾਊਂ ਰੱਖੜੀ ਘਰ ਘਰ ਨਸ਼ੇ ਆ ਗਏ ਮੁੰਡੇ ਨਸ਼ਿਆਂ ਨੇ ਖਾ ਲਏ ਤੇ ਅੱਜ ਕੱਲ੍ਹ ਤਾਂ ਜੇ ਸਿਫਤ ਕਰਨੀ ਪਵੇ ਐਂ ਕਰਨੀ ਪਊ ਕਿਵੇਂ ਵੀਰਾ ਵੇ ਨਸ਼ੇੜੀਆ ਵੀਰਾ ਤੂੰ ਸਿਰੇ ਦਾ ਨਿਕਲਿਆ ਵੇ ਨਲੈਕ ਭੁੱਕੀ ਬਿਨਾ ਨੀ ਜਾਗਦਾ ਵੇ ਤੇਰੇ ਹੱਡਾਂ 'ਚ ਬਹਿਗੀ ਵੇ ਵੀਰ ਨਸ਼ੇੜੀਆ ਸਮੈਕ ਬੇ ਭਈਆ ਸਮਾਇਕ ਜੀ ਵਾਲਿਆਂ ਦੇ ਪਹਿਲੀ ਗੱਲ ਤਾਂ ਵਿਆਹ ਨਹੀਂ ਹੁੰਦੇ ਜੇ ਭੁੱਲ ਭੁਲੇਖੇ ਕਿਸੇ ਦਾ ਹੋ ਜੇ ਦੂਜੇ ਤੀਜੇ ਮਹੀਨੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਖੜੀਆਂ ਹੁੰਦੀਆਂ ਨੇ ਅੱਗੇ ਸਮਾਨ ਚੱਕਣ ਆਇਆ ਕੁੜੀ ਦਾ ਮੁੰਡਾ ਕੁੜੀ ਨੂੰ ਰੋਟੀ ਨਹੀਂ ਖਵਾ ਸਕਦਾ ਬਿਨ ਪੁੱਤਿਆਂ ਦੇ ਰੋਟੀ ਕਿੱਥੋਂ ਖਵਾਵੇ ਜਦੋਂ ਸਮਾਇਕ ਪੱਲੇ ਦਾਣੇ ਹੀ ਨਹੀਂ ਛੱਡਦੀ ਜਦੋਂ ਦਾਣੇ ਹੀ ਮੁੱਕ ਗਏ ਫਿਰ ਮੁੰਡਾ ਰੋਟੀ ਕਿੱਥੋਂ ਖਵਾਊ ਫਿਰ ਤਾਂ ਬਗਾਨੇ ਚੁੱਲ੍ਹਿਆਂ 'ਤੇ ਤਵੇ ਚੜ੍ਹਦੇ ਨੇ ਆ ਬਗਾਨੇ ਚੁੱਲ੍ਹਿਆਂ ਦੀ ਅੱਗ ਨੇ ਭਾਈ ਬੀਸੀਆਂ ਘਰ ਫੂਕਤੇ ਉਹ ਭੂਆ ਇਕੱਲੇ ਮੁੰਡਿਆਂ ਦੀ ਗੱਲ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹੈ ਬੇ ਭਾਈ ਬਾਗਰੂ ਬਾਗਰੂ ਲੈ ਮੈਨੂੰ ਤਾਂ ਹੁਣੀ ਪਤਾ ਲੱਗਿਆ ਕਹਿੰਦੇ ਚੰਡੀਗੜ੍ਹ ਕਨੀ ਕੁੜੀਆਂ ਪੇਗ ਪੂਗ ਵੀ ਲਾਉਂਦੀਆਂ ਨੇ ਹਰੇਕ ਕੁੜੀ ਕੋਲੇ ਉਹ ਹਨ ਪੁੱਤਿਆਂ ਦਾ ਮੈਨੂੰ ਨਾਂ ਨਹੀਂ ਆਉਂਦਾ ਆਹ ਜਿਹੜੇ ਨਵੇਂ ਚੱਲੇ ਨੇ ਬਿਨਾਂ ਤਾਰ ਵਾਲੇ ਫੋਨ ਜੇ ਉਹ ਭੂਆ ਮੋਬਾਈਲ ਫੋਨ ਆਹੀ ਆਹੀ ਮਗਲੈਲ ਫੋਨ ਹਾਂ
ਜੈ ਵੱਡੀ ਦੀਆਂ ਭਾਵੇਂ ਬਾਜ਼ਾਰ 'ਚ ਤੁਰੀਆਂ ਜਾਂਦੀਆਂ ਹੋਣ, ਭਾਵੇਂ ਬੱਸ 'ਚ ਬੈਠੀਆਂ ਹੋਣ, ਭਾਵੇਂ ਰਸਕੇ 'ਤੇ ਜਾਂਦੀਆਂ ਹੋਣ, ਜਾਂ ਤਾਂ ਮਗਲੈਲ ਫੋਨ ਕੰਨ 'ਤੇ ਲਾਇਆ ਹੁੰਦਾ ਪਤਾ ਨਹੀਂ ਕਿਹਦੇ ਨਾਲ, ਹਿਰੜ ਹਿਰੜ ਹੱਸਦੀਆਂ ਜਾਂਦੀਆਂ ਹੁੰਦੀਆਂ ਨੇ, ਜਾਂ ਫਿਰ ਮਗਲੈਲ ਫੋਨ ਨੂੰ ਦੋਨੇ ਹੱਥਾਂ 'ਚ ਫੜ ਕੇ ਉਂਗਲਾਂ ਨਾਲ ਪਤਾ ਨਹੀਂ ਉਹਦੀਆਂ ਕੀ ਜੂਆਂ ਜੀਆਂ ਮਾਰੀ ਜਾਂਦੀਆਂ ਹੁੰਦੀਆਂ ਨੇ। ਉਹ ਭੂਆ SMS ਕਰਦੀਆਂ ਨੇ। SMS ਵੇ ਭਾਈ ਵਾਲਾ ਕਲਯੁਗ ਆ ਗਿਆ, ਸਾਡੇ ਵੇਲੇ ਤਾਂ ਦੋ ਤਿੰਨ ਕਿਸਮ ਦੀਆਂ ਮੈਸਾਂ ਹੁੰਦੀਆਂ, ਬੂਰੀ ਮੈਸ, ਮੀਣੀ ਮੈਸ, ਵੱਡੇ ਸਿੰਘਾਂ ਵਾਲੀ ਮੈਸ, ਆ SMS ਤਾਂ ਨਵਾਂ ਹੀ ਸੁਣਿਆ। ਹਰੇਕ ਮੋਬਾਈਲ ਫੋਨ ਤੇ ਮੁੰਡੇ ਕੁੜੀਆਂ ਨੇ ਗਾਣੇ ਲਾਏ ਹੋਏ ਨੇ। ਆ ਜਮਾਂ ਹੀ ਠੀਕ ਗੱਲ ਕਹੀ ਆ। ਮਰਗਤ ਦੇ ਭੋਗ ਤੇ ਬੈਠੇ ਹੁੰਦੇ ਨੇ, ਕਿਸੇ ਦਾ ਮਗਲੈਲ ਵੱਜੀ ਜਾਂਦਾ ਹੁੰਦਾ, ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਲੈ ਬੁੜੀ ਦੀ ਅਰਥੀ ਚੱਕੀ ਜਾਂਦੇ ਹੁੰਦੇ ਨੇ, ਜਿਹੜਾ ਮੋਢਾ ਦਿੰਦਾ ਹੁੰਦਾ ਉਹਦੀ ਜੇਬ 'ਚ ਮਗਲੈਲ ਵੱਜੀ ਜਾਂਦਾ ਹੁੰਦਾ, ਫਰਕ ਬੜੇ ਨੇ ਜੈਂਕਣੇ ਨਹੀਂ ਤੇਰੇ ਮੇਰੇ ਹਾਲਾਤਾਂ ਦੇ, ਲੈ ਬਾਪੂ ਹਸਪਤਾਲ 'ਚ ਮਰਨ ਕਿਨਾਰੇ ਪਿਆ ਹੁੰਦਾ, ਸਰਾਣੇ ਬੈਠੇ ਮੁੰਡੇ ਦਾ ਫੋਨ ਕਹਿੰਦਾ ਹੁੰਦਾ, ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਤਿਗੁਰ ਨਦਰ ਕਰੇ, ਨਪੋਤਿਆਂ ਦੇ ਤੁਹਾਨੂੰ ਪਿਓ ਮਰਨ ਦੀਆਂ ਖੁਸ਼ੀਆਂ ਨੇ। ਅਲੇ ਪਰਸੋਂ ਦੀ ਗੱਲ ਹੈ, ਆਪਣੇ ਪਿੰਡ ਵਾਲੇ ਬਾਹਮਣਾਂ ਦੇ ਮਹੀਨੇ ਮਗਰ ਬਾਣੀਆਂ ਦੀ ਕੁੱਤੀ ਪੈ ਗਈ, ਬੀਹੀ 'ਚ ਭੱਜੇ ਜਾਂਦੇ ਜਾਂਦੇ ਦੀ ਜੇਬ 'ਚ ਮਗਲੈਲ ਫੋਨ ਵੱਜੀ ਜਾਵੇ, ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨਹੀਂ, ਮੂਹਰੇ ਜੱਟ ਖਾੜਕੂ ਖੜਾ ਵੇ, ਜੈ ਵੱਡੀ ਦਿਆ ਤੂੰ ਬਾਹਮਣਾਂ ਦਾ ਮੁੰਡਾ, ਕੁੱਤੀ ਬਾਣੀਆਂ ਦੀ ਹੈ, ਗਾਣੇ ਜੱਟਾਂ ਵਾਲੇ ਕਿਉਂ ਲਵਾਏ ਨੇ। ਵੇ ਭਾਈ ਵਾਗਰੂ ਵਾਗਰੂ ਇੱਕਾ ਸਰਪੰਚੀ ਦੀਆਂ ਵੋਟਾਂ, ਨਪੁੱਤਿਆਂ ਦੀਆਂ ਕਾਦੀਆਂ ਵੋਟਾਂ ਨੇ, ਪਿੰਡਾਂ 'ਚ ਭਾਈਆਂ ਨਾਲ ਭਾਈ ਲੜਾਤੇ, ਚਾਚੇ ਤਾਏ ਬੋਲਣੋਂ ਹਟਾਤੇ, ਸੱਸਾਂ ਨੂੰਹਾਂ ਦੇ ਜੂੰਡੇ ਪਟਾਤੇ, ਤਾਏ ਚਾਚੇ ਭੂਆ ਫੁੱਫੜ ਮਿੱਤਰ ਯਾਰ ਲੜਾਤੇ, ਚਾਚੇ ਭੂਆ ਫੁੱਫੜ ਮਿੱਤਰ ਯਾਰ ਲੜਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ, ਓ ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਧੜੇ ਬਣਾਤੇ, ਠੰਡੇ ਜੀ 7 ਲੱਖ ਦੇ ਠੰਡੇ ਜੀ, 2 ਲੱਖ ਦਾ ਭੁਜੀਆ ਖਾ ਗਏ ਨਾਲੇ ਲੱਡੂ ਵੰਡੇ ਜੀ, ਨਾਲੇ ਲੱਡੂ ਵੰਡੇ ਜੀ, 5 ਲੱਖ ਦੀ ਦਾਰੂ ਪੀ ਗਏ 7 ਲੱਖ ਦੇ ਠੰਡੇ ਜੀ, 2 ਲੱਖ ਦਾ ਭੁਜੀਆ ਖਾ ਗਏ ਨਾਲੇ ਲੱਡੂ ਵੰਡੇ ਜੀ, ਖਾ ਪੀ ਕੇ ਵੀ ਲੋਕ ਮੁੱਕਰ ਗਏ ਬਿਲਕੁਲ ਖੂੰਜੇ ਲਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ, ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ, ਓਏ ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਧੜੇ ਬਣਾਤੇ, ਕਾਗਜ਼ ਭਰਤੇ ਐਸੀ ਪੜ੍ਹਾਈ ਪੱਟੀ ਬਈ, ਐਸੀ ਪੜ੍ਹਾਈ ਪੱਟੀ ਬਈ, ਚੰਡਾ ਅਮਲੀ ਮੈਂਬਰ ਖੜ ਗਿਆ ਚੋਣ ਨਿਸ਼ਾਨ ਸੀ ਫੱਟੀ ਬਈ, ਚੋਣ ਨਿਸ਼ਾਨ ਸੀ ਫੱਟੀ ਬਈ, ਮੱਝ ਵੇਚ ਕੇ ਕਾਗਜ਼ ਭਰਤੇ ਐਸੀ ਪੜ੍ਹਾਈ ਪੱਟੀ ਬਈ,
के धरती तारे दिन दिखाते आ चंदरी सरपंची ने कईयां दे भांडे बकाते सरपंची ने खाकी नंग बनाते चंदरी सरपंची ने पिंडा विच बैर तुआते भैया चंदरी सरपंची ने तारे दिने दिखाते। ओ वैसे कई बंदियां दा बोलन दा स्टाइल भी वखरा ही हुंदा है। ओ साडे पिंड वाला पंचायत मेंबर मगर सिंह। अच्छा भाई ओदा गलबात करन दा बोलन दा तरीका ही कमाल दा। ओ किवें? ओ चंगी भली सीरियस गल नूं पता ही नहीं कित्थे खत्म कर दे। ਜਦੋਂ ਉਹਨੇ ਗੱਲ ਕਰਦੇ ਕਰਦੇ ਨੇ ਕਹਿਤਾ ਵੀ ਹਾਂ, ਕੀ ਮਤਲਬ? ਤਾਂ ਫਿਰ ਸਮਝ ਲਓ ਵੀ ਫਿਰ ਹਾਂ। ਉਹ ਯਾਰ ਕੁਝ ਦੱਸੇਗਾ ਵੀ? ਉਹ ਸਾਡੇ ਪਿੰਡ ਦੋ ਭਰਾਵਾਂ ਦਾ ਆਪਸ ਦੇ ਵਿੱਚ ਜ਼ਮੀਨ ਦਾ ਝਗੜਾ ਹੋ ਗਿਆ। ਪੰਚਾਇਤ ਦੇ ਵਿੱਚ ਮੱਗਰ ਸਿੰਘ ਨੇ ਫੈਸਲਾ ਕਰਾ ਕੇ ਸਾਰੇ ਪਿੰਡ ਦੇ ਸਾਹਮਣੇ ਦੋਨੇ ਭਾਈਆਂ ਨੂੰ ਕਿਹਾ, ਲੈ ਵੀ ਆਹ ਹੋ ਗਿਆ ਤੁਹਾਡਾ ਫੈਸਲਾ, ਅਤੇ ਆਹ ਲੱਗ ਗਿਆ ਮੇਰਾ ਅੰਗੂਠਾ ਗਵਾਹੀ ਦਾ ਵੀ ਜੇ ਦੋਨਾਂ ਨੂੰ ਹੁਣ ਭਾਈਆਂ ਨੂੰ ਕੋਈ ਸ਼ੱਕ ਸ਼ਿਕਵਾ ਵੀ ਗਰਦਾਵਰੀ ਦਾ ਜਾਂ ਵੱਧ ਘੱਟ ਜ਼ਮੀਨ ਦਾ ਤਾਂ ਉਹ ਸਾਰੇ ਪਿੰਡ ਦੇ ਸਾਹਮਣੇ ਹੁਣ ਗੱਲ ਕਰ ਲਓ। ਕੱਲ੍ਹ ਨੂੰ ਮੇਰਾ ਨਾਂ ਲੈ ਕੇ ਨਾ ਕਹਿ ਦਿਓ ਵੀ ਤਾਇਆ ਵੀ ਹਾਂ। ਉਹ ਮੱਗਰ ਸਿੰਘ ਇੱਕ ਵਾਰੀ ਰਿਸ਼ਤਾ ਕਰਾਉਣ ਲੱਗ ਗਿਆ, ਵਿਚੋਲਾ ਬਣ ਗਿਆ, ਦੋਨੇ ਧਿਰਾਂ ਨੂੰ ਕਹਿੰਦਾ ਵੀ ਆਹ ਬੈਠੇ ਨੇ ਮੁੰਡੇ ਵਾਲੇ ਅਤੇ ਆਹ ਬੈਠੇ ਨੇ ਭਾਈ ਕੁੜੀ ਵਾਲੇ, ਤੁਸੀਂ ਆਪਸ 'ਚ ਗੱਲ ਖੋਲ੍ਹ ਲਓ ਵੀ ਕੱਪੜੇ ਦਾ ਲੈਣ ਦੇਣ ਜਾਂ ਬੁੜੀਆਂ ਦੇ ਸੌ ਰਿਵਾਜ਼ ਹੁੰਦੇ ਨੇ ਵੀ ਛਾਂਪਾਂ ਚੱਲੇ, ਵੀ ਇਹ ਨਾ ਹੋਵੇ ਵੀ ਉੱਧਰੋਂ ਮੈਰਿਜ ਪੈਲਸ ਦੇ ਵਿੱਚ ਆਪਾਂ ਆਨੰਦ ਕਰਾਉਣ ਨੂੰ ਖੜ੍ਹੇ ਹੋਈਏ ਅਤੇ ਤੁਸੀਂ ਦੋਨੇ ਧਿਰਾਂ ਆਪਸ 'ਚ ਇੱਕ ਦੂਜੇ ਨੂੰ ਕਹੀ ਜਾਂਦੇ ਹੋਵੋ ਵੀ ਮਤਲਬ ਵੀ ਹਾਂ। ਉਹ ਮੁੰਡੇ ਖੁੰਡਿਆਂ ਨੇ ਉਹਨੂੰ ਪੁੱਛਿਆ, ਇਹ ਓਬਾਮਾ ਮਨਮੋਹਨ ਸਿੰਘ ਨੂੰ ਬੜਾ ਭੱਜ ਕੇ ਮਿਲਦਾ ਹੁੰਦਾ ਜਿੱਥੇ ਵੀ ਮਿਲਣਾ ਹੁੰਦਾ ਇੰਟਰਨੈਸ਼ਨਲ ਕਾਨਫਰੰਸ 'ਚ। ਫਿਰ ਮੱਗਰ ਸਿੰਘ ਕੀ ਕਹਿੰਦਾ? ਮੱਗਰ ਸਿੰਘ ਨੇ ਅੰਦਰਲੀ ਗੱਲ ਦੱਸਤੀ। ਕਿਹੜੀ? ਇਹ ਤਾਂ ਅਮਰੀਕਾ 'ਚ ਬੇਰੁਜ਼ਗਾਰੀ ਜੀ ਫੈਲ ਗਈ, ਇਹ ਤਾਈਓ ਭੱਜ ਕੇ ਮਿਲਦਾ ਭਾਈ ਮਨਮੋਹਨ ਸਿੰਘ ਨੂੰ। ਉਹ ਐਂ ਕਰਿਓ, ਲੈ ਅਮਰੀਕਾ 'ਚ ਬੇਰੁਜ਼ਗਾਰੀ ਜੀ ਠੀਕ ਹੋ ਜਾਣਦੇ, ਉਹਨਾਂ ਨੂੰ ਪੈਰੀਂ ਜੇ ਆ ਜਾਣਦੇ, ਲੈ ਉਦੋਂ ਮੁੜ ਕੇ ਕਿਤੇ ਵੀ ਇੰਟਰਨੈਸ਼ਨਲ ਕਾਨਫਰੰਸ 'ਚ ਓਬਾਮਾ ਇੱਕ ਵਾਰੀ ਵੀ ਮਨਮੋਹਨ ਸਿੰਘ ਨੂੰ ਮਿਲ ਕੇ ਕਹਿ ਦੇ ਵੀ ਹਾਂ। ਮੈਂ ਇੱਕ ਗੱਲ ਸੋਚਦਾ ਸੀ। ਉਹ ਸੋਚਿਆ ਕਰ, ਕਦੇ ਕਦੇ ਸੋਚਣਾ ਬਹੁਤ ਵਧੀਆ ਗੱਲ ਹੁੰਦੀ ਹੈ। ਪਹਿਲਾਂ ਗੱਲ ਤਾਂ ਸੁਣ ਲੈ ਯਾਰ, ਮੈਂ ਸੋਚਦਾ ਸੀ ਵੀ ਆਹ ਜਿਹੜਾ ਭ੍ਰਿਸ਼ਟਾਚਾਰੀ ਵਾਲੇ ਸੱਪ ਹੈ ਆਪਣੇ ਮੁਲਕ ਦੇ ਵਿੱਚ, ਇਹ ਸੱਪ ਤੋਂ ਕੋਈ ਬਚਿਆ ਤਾਂ ਨਹੀਂ ਹੋਣਾ। ਬਿਲਕੁਲ ਸਹੀ ਗੱਲ ਹੈ ਤੇਰੀ ਯਾਰ। ਦੇਸ਼ ਲਈ ਸ਼ਹੀਦ ਹੋਏ ਫੌਜੀ ਜਵਾਨ ਦੀ ਲਾਸ਼ ਜਦੋਂ ਬਿਨਾਂ ਕੱਫਣ ਤੋਂ ਪਿੰਡ ਆਈ ਤਾਂ ਘਰਦਿਆਂ ਤੋਂ ਪਹਿਲਾਂ ਲਾਸ਼ ਨੇ ਦੁਹਾਈ ਪਾਈ ਕਿ ਅਸੀਂ ਤਾਂ ਦੇਸ਼ ਦੇ ਨਾਮ ਆਪਣੀ ਜਾਨ ਵੀ ਲਾ ਗਏ ਪਰ ਦੇਸ਼ ਨੂੰ ਚਲਾਉਣ ਵਾਲੇ ਸਾਡੇ ਕੱਫਣ ਵੀ ਖਾ ਗਏ। ਖੱਚਰ ਰੇੜਾ ਚਲਾਉਣ ਵਾਲੇ ਨੰਦੂ ਦਾ ਸਰਕਾਰੀ ਸਕੂਲ 'ਚ ਛੇਵੀਂ ਕਲਾਸ 'ਚ ਪੜ੍ਹਦਾ ਬੱਚਾ ਅੱਧੀ ਛੁੱਟੀ ਵੇਲੇ ਘਰ ਆ ਗਿਆ, ਮਾਂ ਨੇ ਪੁੱਛਿਆ ਪੁੱਤ ਕੀ ਗੱਲ ਹੋ ਗਈ? ਉਹ ਕਹਿੰਦਾ, ਬੇਬੇ ਹੁਣ ਮੈਂ ਅੱਗੇ ਨਹੀਂ ਪੜ੍ਹ ਸਕਦਾ ਕਿਉਂਕਿ ਕੋਈ ਵੱਡਾ ਮੰਤਰੀ ਸਾਡੀਆਂ ਕਿਤਾਬਾਂ ਖਾ ਗਿਆ। ਮਾਂ ਕਹਿੰਦੀ, ਗੱਲ ਤਾਂ ਪੁੱਤ ਤੇਰੀ ਵੀ ਠੀਕ ਹੈ, ਕਿਤਾਬਾਂ ਤੋਂ ਬਿਨਾਂ ਕਿਵੇਂ ਪੜ੍ਹੋਗੇ, ਆਪਣੇ ਬਾਪੂ ਵਾਂਗੂ ਹੁਣੇ ਦਿਹਾੜੀ ਕਰਨੀ ਸਿੱਖ ਲੈ, ਪੜ੍ਹ ਲਿਖ ਕੇ ਵੀ ਤਾਂ ਟੈਂਕੀਆਂ 'ਤੇ ਚੜ੍ਹੋਗੇ। ਉਹ ਜੁਗਨੂ ਯਾਰ, ਤੇਰੀਆਂ ਅੱਜ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਯਾਰ ਇਹੀ ਸੋਚ ਲੱਗੀ ਹੈ। ਕਿਹੜੀ? ਵੀ ਮੇਰੇ ਰੰਗਲੇ ਪੰਜਾਬ ਦਾ ਬਣੂ ਕੀ? ਉਹ ਇਹੀ ਗੱਲ ਤਾਂ ਮੈਂ ਸੋਚਦਾ ਕਿ ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ, ਜਦੋਂ ਬਣੇ ਕਲੋਨੀ ਖੱਤੇ ਦੀ, ਜਦੋਂ ਚੜ੍ਹੀ ਜਵਾਨੀ ਢੇਰ ਹੁੰਦੀ, ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ, ਜਦ ਹਵਾ 'ਚ ਜ਼ਹਿਰਾਂ ਘੁਲਦੀਆਂ ਨੇ, ਪੈਰਾਂ ਵਿੱਚ ਪੱਗਾਂ ਰੁੜਦੀਆਂ ਨੇ, ਜਦੋਂ ਆਖੇ ਕਲਮ ਪਟਵਾਰੀ ਦੀ ਤਕਸੀਮ ਕਰਾ ਲਓ ਸਾਰੀ ਦੀ, ਜਦ ਵੱਡਾ ਪੋਤਾ ਦਾਦੇ ਨੂੰ ਵਸੀਅਤ ਦੀ ਯਾਦ ਦਿਵਾਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ। ਜਦ ਨਵ ਜਨਮੀ ਮਾਸੂਮ ਕੋਈ ਕੂੜੇ ਦੇ ਢੇਰ 'ਚੋਂ ਥਿਆਉਂਦੀ ਹੈ, ਜਦ ਨਵ ਜਨਮੀ ਮਾਸੂਮ ਕੋਈ ਕੂੜੇ ਦੇ ਢੇਰ 'ਚੋਂ ਥਿਆਉਂਦੀ ਹੈ, ਜਾਂ ਰੋਜ਼ੀ ਰੋਟੀ ਖਾਤਰ ਕੋਈ ਟੈਂਕੀ 'ਤੇ ਚੜ੍ਹ ਕੁਰ ਲਾਉਂਦੀ ਹੈ, ਜਦੋਂ ਲਾਲ ਬੱਤੀ ਵਾਲੀ ਕਾਰ ਕੋਈ ਲਾਲ ਬੱਤੀ 'ਚੋਂ ਲੰਘਦੀ ਹੈ,
फिर समझ नहीं आती जनता लई बत्ती केड़े रंग दी है। जद अंबैसियां अगे लगी हुई भीड़ देखदा हाँ, जा करजे थले कुबी हुई रीढ़ देखदा हाँ, जद हर जज्बाती बंदा ही बाहर नू जाना चाहुंदा है उदों तरस पंजाब ते आउंदा है, उदों तरस पंजाब ते आउंदा है। जद सुना कहानी दुखां दी मैदाने जंग बनिया कुखां दी, जद सुना कहानी दुखां दी मैदाने जंग बनिया कुखां दी, जद व्याहां दे विच फायर सुना, जद गलियां दे विच टायर सुना, जद देखा लिस्ट पखंडियां दी जमीर दियां लगदियां मंडियां दी, जद खंडर बने मकान देखदा हाँ, जा लिश्क दे धार्मिक स्थान देखदा हाँ, जद चुप सुना मैं कावां दी जा नशेड़ी पुत्तां दियां मावां दी, जद मिट्टी तेलियां लाड़ियां नूं कोई दाज दी तीली लाउंदा है उदों तरस पंजाब ते आउंदा है, उदों तरस पंजाब ते आउंदा है, उदों तरस पंजाब ते आउंदा है।